ਵੈਲਕਮ ਟੂ ਦਾ ਸ਼ੋ। ਮੈਂ ਤੁਹਾਡਾ ਮੇਜ਼ਬਾਨ ਡਾਕਟਰ ਮਲਿਕ ਇਸ ਸ਼ੋਅ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਅਕਾਲ ਚੈਨਲ 'ਤੇ ਹਰ ਸੈਟਰਡੇ ਦੀ ਆਫਟਰਨੂਨ 4:30 ਤੋਂ ਲੈ ਕੇ 5:30 ਤੱਕ। ਇਸ ਸ਼ੋਅ ਦੇ ਵਿੱਚ ਮੈਂ ਤੁਹਾਡੀ ਲਾਈਵ ਕਾਲਸ ਲੈ ਕੇ ਤੁਹਾਨੂੰ ਇਮੀਗ੍ਰੇਸ਼ਨ ਰਿਲੇਟਡ ਮੈਟਰ ਅਤੇ ਇਮੀਗ੍ਰੇਸ਼ਨ ਜਿਹੜੇ ਪ੍ਰੋਬਲਮ 'ਤੇ ਉਹਨਾਂ 'ਤੇ ਸਲਾਹ ਦਿਆਂਗਾ, ਤੁਹਾਨੂੰ ਮਸ਼ਵਰੇ ਦਿਆਂਗਾ। ਅਗਰ ਤੁਹਾਡਾ ਕੋਈ ਪ੍ਰੋਬਲਮ ਹੈ, ਤੁਹਾਡਾ ਕੋਈ ਮਸਲਾ ਹੈ ਇਮੀਗ੍ਰੇਸ਼ਨ ਤੋਂ ਰਿਲੇਟਡ ਹੈ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਲਾਈਵ ਐਡਵਾਈਸ ਲੈ ਸਕਦੇ ਹੋ। ਟੈਲੀਫੋਨ ਨੰਬਰ ਹੁਣ ਤੁਹਾਨੂੰ ਨਜ਼ਰ ਆ ਰਿਹਾ ਆਪਣੀ ਸਕਰੀਨਸ 'ਤੇ, ਇਸ ਟੈਲੀਫੋਨ ਨੰਬਰ 'ਤੇ ਤੁਸੀਂ ਕਾਲ ਲਾ ਸਕਦੇ ਹੋ। ਲੇਕਿਨ ਜਦੋਂ ਤੁਹਾਡੀ ਕਾਲ ਮਿਲ ਜਾਏ ਤਾਂ ਪਲੀਜ਼ ਟੀਵੀ ਦੀ ਆਵਾਜ਼ ਤੁਸੀਂ ਥੋੜ੍ਹੀ ਜਿਹੀ ਘੱਟ ਕਰ ਦੇਣੀ ਹੈ। ਕਾਫੀ ਸਾਰੇ ਜਿਹੜੇ ਕਾਲਰਸ ਨੇ ਉਹ ਲਾਈਨਾਂ 'ਤੇ ਉੱਤੇ ਨਹੀਂ ਵੇਖਦੇ। ਅੱਜ ਦੇ ਪਹਿਲੇ ਕਾਲਰ ਕੌਣ ਨੇ ਜੀ? ਜੀ ਤੁਸੀਂ ਗੱਲ ਕਰੋ ਜੀ। ਐਵੇਂ ਲੱਗਦਾ ਹੈ ਕਿ ਕਾਲ ਡ੍ਰਾਪ ਹੋ ਗਈ ਹੈ। ਜਦੋਂ ਤੁਹਾਡੀ ਕਾਲ ਮਿਲ ਜਾਏ ਪਲੀਜ਼ ਤੁਸੀਂ ਟੀ ਵੀ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਕਰਦੇ ਕਰੋ, ਕਿਉਂਕਿ ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਤੁਹਾਡੇ ਬੈਕਗਰਾਊਂਡ 'ਚ ਅਗਰ ਟੀ ਵੀ ਦੀ ਆਵਾਜ਼ ਚੱਲ ਰਹੀ ਹੁੰਦੀ ਤਾਂ ਤੁਹਾਡੀ ਆਵਾਜ਼ ਅਸੀਂ ਸੁਣ ਨਹੀਂ ਸਕਦੇ ਹਾਂ। ਇਸ ਵਜ੍ਹਾ ਦੇ ਨਾਲ ਤੁਹਾਡੀ ਕਾਲ ਬਾਅਦ ਸਟੂਡੀਓ ਤੋਂ ਡਿਸਕਨੈਕਟ ਹੋ ਜਾਂਦੀ ਹੈ। ਇਸ ਵਜ੍ਹਾ ਨਾਲ ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡੀ ਕਾਲ ਜਿਹੜੀ ਉਹ ਅਸੀਂ ਕਲੀਅਰਲੀ ਸੁਣ ਸਕੀਏ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਹੈਲੋ, ਹਾਂਜੀ ਵਕੀਲ ਸਾਹਿਬ ਬੋਲਦੇ ਜੀ? ਜੀ ਬਿਲਕੁਲ। ਤੇ ਵਕੀਲ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਜੀ, ਜਿੱਦਾਂ ਮੈਂ ਗੱਡੀ ਚਲਾ ਰਿਹਾ ਸੀ, ਠੀਕ ਹੈ, ਤੇ ਮੈਨੂੰ ਜੁਰਮਾਨਾ ਹੋ ਗਿਆ ਸੀ, ਮੇਰੀ 10% ਕੱਟ ਲਏ, ਠੀਕ ਹੈ, ਤੇ ਮੁੜ ਕੇ ਮੈਂ ਹੁਣ ਯੂਰਪ ਤੋਂ ਆਇਆ ਸੀ, ਮੈਂ ਅਪਲਾਈ ਕਰਨੇ, ਉੱਥੇ ਆ ਸਕਦਾ ਕੋਈ? ਨਹੀਂ ਜੀ, ਤੁਹਾਡੀ ਕਾਲ ਦਾ ਸ਼ੁਕਰੀਆ, ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਡਾ ਰੈਜ਼ੀਡੈਂਟ ਪਰਮਿਟ ਹੋ ਜਾਏਗਾ। ਉਸ 'ਤੇ ਇਸ ਦਾ ਕੋਈ ਅਸਰ ਨਹੀਂ ਪਏਗਾ, ਜਿਹੜੇ ਤੁਹਾਨੂੰ ਟ੍ਰੈਫਿਕ ਰਿਲੇਟਡ ਜਾਂ ਅਗੂੰ ਤਾਂ ਕੋਈ ਪੈਨਲਟੀ ਮਿਲੀ ਹੈ, ਇਸ 'ਤੇ ਤੁਹਾਡੀ ਐਪਲੀਕੇਸ਼ਨ ਜਿਹੜੀ ਰੈਜ਼ੀਡੈਂਟ ਪਰਮਿਟ ਤੋਂ ਉਸ 'ਤੇ ਕੋਈ ਫਰਕ ਨਹੀਂ ਪਏਗਾ, ਤਾਂ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵੱਲ ਜੀ, ਜੀ ਤੁਸੀਂ ਗੱਲ ਕਰੋ ਜੀ। ਜੀ ਤੁਸੀਂ ਟੈਲੀਫੋਨ 'ਤੇ ਗੱਲ ਕਰੋ। ਐਵੇਂ ਲੱਗਦਾ ਕਿ ਸ਼ਾਇਦ ਕਾਲ ਵੀ ਡ੍ਰਾਪ ਹੋ ਰਹੀ ਹੈ, ਤਾਂ ਪਲੀਜ਼ ਜਦੋਂ ਤੁਸੀਂ ਤੁਹਾਡੀ ਕਾਲ ਮਿਲ ਜਾਏ ਤਾਂ ਟੀ ਵੀ ਦੀ ਆਵਾਜ਼ ਤੁਸੀਂ ਥੋੜ੍ਹੀ ਘੱਟ ਕਰਦੇ ਕਰੋ, ਕਿਉਂਕਿ ਤੁਹਾਡੀ ਟੀ ਵੀ ਦੀ ਆਵਾਜ਼ ਕਾਫੀ ਹਾਈ ਹੁੰਦੀ ਹੈ, ਅਸੀਂ ਤੁਹਾਡੀ ਗੱਲ ਸੁਣ ਨਹੀਂ ਸਕਦੇ ਹਾਂ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਤੁਸੀਂ ਟੈਲੀਫੋਨ 'ਤੇ ਗੱਲ ਕਰੋ। ਮੈਨੂੰ ਲੱਗਦਾ ਕਿ ਇਹ ਕਾਲ ਵੀ ਸ਼ਾਇਦ ਡ੍ਰਾਪ ਹੋ ਰਹੀ, ਕਿਉਂਕਿ ਬੈਕਗਰਾਊਂਡ ਦੇ ਵਿੱਚ ਕਾਫੀ ਆਵਾਜ਼ ਆ ਰਹੀ ਹੈ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਉੱਥੇ ਟੈਲੀਫੋਨ 'ਤੇ ਗੱਲ ਕਰੋ। ਲੱਗਦਾ ਕਿ ਸ਼ਾਇਦ ਇਹ ਕਾਲ ਵੀ ਡ੍ਰਾਪ ਹੋ ਰਹੀ ਹੈ। ਕਾਫੀ ਸਾਰੇ ਕਾਲਰਸ ਨੇ ਜਾਂ ਲਾਈਨਾਂ 'ਤੇ ਉੱਤੇ ਨੇ, ਲੇਕਿਨ ਜਦੋਂ ਕਾਲ ਮਿਲ ਜਾਂਦੀ ਹੈ ਉਹਨਾਂ ਦੀ ਟੀ ਵੀ ਦੀ ਆਵਾਜ਼ ਕਾਫੀ ਹਾਈ ਹੈ, ਇਸ ਵਜ੍ਹਾ ਦੇ ਨਾਲ ਤੁਹਾਡੀ ਗੱਲ ਸੁਣ ਨਹੀਂ ਪਾ ਰਹੇ ਹਾਂ ਕਿ ਤੁਸੀਂ ਕਿਆ ਕਹਿ ਰਹੇ ਹੋ। ਪਲੀਜ਼ ਟੀ ਵੀ ਦੀ ਆਵਾਜ਼ ਤੁਸੀਂ ਘੱਟ ਕਰਦੇ ਕਰੋ ਜਦੋਂ ਤੁਹਾਡੀ ਕਾਲ ਮਿਲ ਜਾਏ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਉੱਥੇ ਟੈਲੀਫੋਨ 'ਤੇ ਗੱਲ ਕਰੋ। ਮੈਨੂੰ ਲੱਗਦਾ ਕਿ ਸ਼ਾਇਦ ਇਹ ਕਾਲ ਵੀ ਡਿਸਕਨੈਕਟ ਕਰਨੀ ਪਏਗੀ, ਕਿਉਂਕਿ ਬੈਕਗਰਾਊਂਡ ਦੀ ਆਵਾਜ਼ ਇਤਨੀ ਜ਼ਿਆਦਾ ਹੈ ਕਿ ਤੁਹਾਡੀ ਕਾਲ ਸੁਣ ਨਹੀਂ ਸਕਦੇ ਹਾਂ। ਵਧੀਆ, ਨੈਕਸਟ ਕਾਲਰ ਵੱਲ ਜੀ। ਕਿਸ ਤਰ੍ਹਾਂ ਦੇ ਵੀਜ਼ੇ 'ਤੇ ਆਏ ਹੋ ਤੁਸੀਂ? ਤੁਹਾਡੇ ਕੋਲ ਇਸ ਵੇਲੇ ਕਿਹੜਾ ਵੀਜ਼ਾ ਹੈ? ਜੀ ਤੁਸੀਂ ਟੀ ਵੀ ਨਾ ਵੇਖੋ, ਤੁਸੀਂ ਟੈਲੀਫੋਨ 'ਤੇ ਗੱਲ ਕਰੋ। ਕਦੋਂ ਆਏ ਸੀ ਉਹ ਵਿਜ਼ਟਰ ਵੀਜ਼ੇ 'ਤੇ? ਤੁਹਾਨੂੰ 14 ਸਾਲ ਹੋ ਗਏ? ਜੀ ਮੈਂ ਜੀ ਮੈਂ ਤੁਹਾਡੀ ਗੱਲ ਕੱਟਣੀ ਪੈਣੀ, ਕਿਉਂਕਿ ਤੁਸੀਂ ਟੀ ਵੀ ਵੇਖ ਰਹੇ ਹੋ, ਤੁਸੀਂ ਟੈਲੀਫੋਨ 'ਤੇ ਗੱਲ ਨਹੀਂ ਕਰ ਰਹੇ ਹੋ, ਇਸ ਵਜ੍ਹਾ ਦੇ ਨਾਲ ਤੁਹਾਡੀ ਗੱਲ ਮੈਂ ਸੁਣ ਨਹੀਂ ਸਕਦਾ। ਤਾਂ ਪਲੀਜ਼ ਜਦੋਂ ਤੁਹਾਡੀ ਕਾਲ ਮਿਲ ਜਾਏ ਟੀ ਵੀ ਦੀ ਆਵਾਜ਼ ਘੱਟ ਕਰਦੇ ਕਰੋ। ਦੂਜੀ ਗੱਲ, ਤੁਸੀਂ ਟੈਲੀਫੋਨ 'ਤੇ ਮੇਰੇ ਨਾਲ ਗੱਲ ਕਰਿਆ ਕਰੋ, ਟੀ ਵੀ ਨਾ ਉਸ ਵੇਲੇ ਵੇਖਿਆ ਕਰੋ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਜੀ ਤੁਹਾਡਾ ਨੰਬਰ ਆ ਗਿਆ, ਤੁਸੀਂ ਗੱਲ ਕਰੋ। ਜੀ ਤੁਸੀਂ ਟੈਲੀਫੋਨ 'ਤੇ ਗੱਲ ਕਰੋ ਜੀ। ਅਗਰ ਤੁਸੀਂ ਗੱਲ ਨਹੀਂ ਕਰੋਗੇ ਤੁਹਾਡੀ ਕਾਲ ਵੀ ਸਟੂਡੀਓ ਵਾਲੇ ਕੱਟ ਦੇਣਗੇ, ਕਿਉਂਕਿ ਤੁਸੀਂ ਟੀ ਵੀ ਵੇਖ ਰਹੇ ਹੋ, ਤੁਸੀਂ ਟੈਲੀਫੋਨ 'ਤੇ ਗੱਲ ਨਹੀਂ ਕਰ ਰਹੇ ਹੋ, ਇਸ ਵਜ੍ਹਾ ਦੇ ਨਾਲ ਜਿਹੜੀ ਤੁਹਾਡੀ ਕਾਲ ਉਹ ਵੀ ਮੇਰੇ ਖਿਆਲ ਡਿਸਕਨੈਕਟ ਹੋ ਗਈ ਹੈ, ਕਿਉਂਕਿ ਤੁਸੀਂ ਟੈਲੀਫੋਨ 'ਤੇ ਗੱਲ ਨਹੀਂ ਕਰ ਰਹੇ ਹੋ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਤੁਸੀਂ ਟੈਲੀਫੋਨ, ਮੈਨੂੰ ਲੱਗਦਾ ਕਿ ਸ਼ਾਇਦ ਇਹ ਕਾਲ ਵੀ ਡਿਸਕਨੈਕਟ ਹੋ ਗਈ ਹੈ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਟੈਲੀਫੋਨ 'ਤੇ ਗੱਲ ਕਰੋ।
ਮੈਨੂੰ ਲੱਗਦਾ ਕਿ ਸ਼ਾਇਦ ਇਹ ਕਾਲ ਵੀ ਡਿਸਕਨੈਕਟ ਹੋ ਗਈ ਹੈ। ਵਧਿਆ ਅਗਲੇ ਕਾਲਰ ਵਾਲ ਜੀ। ਸਾਹਿਬ ਜੀ ਸਲਾਮ ਅਲੈਕੁਮ ਜੀ। ਜੀ ਵਾਲੇਕੁਮ ਸਲਾਮ। ਹੈਲੋ ਜੀ, ਜੀ ਤੁਸੀਂ ਗੱਲ ਕਰੋ ਜੀ। ਮਲਕ ਸਾਹਿਬ ਜੀ, ਤੁਸੀਂ ਟੈਲੀਫੋਨ ਤੇ ਗੱਲ ਕਰੋ, ਟੀਵੀ ਨਾ ਵੇਖੋ ਪਲੀਜ਼। ਆਵਾਜ਼ ਨਹੀਂ ਆਉਂਦੀ ਮਲਕ ਸਾਹਿਬ ਦੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਤੁਹਾਡੇ ਕੋਲ। ਹੈਲੋ ਜੀ, ਤੁਹਾਡੀ ਕੀ ਆਵਾਜ਼ ਨਹੀਂ ਆ ਰਹੀ ਹੈ। ਹੈਲੋ, ਮੈਨੂੰ ਲੱਗਦਾ ਕਿ ਸ਼ਾਇਦ ਕੋਈ ਟੈਕਨੀਕਲ ਫਾਲਟ ਹੈ, ਪਲੀਜ਼ ਤੁਸੀਂ ਵੇਟ ਕਰੋ ਥੋੜ੍ਹੀ ਦੇਰ ਵਿੱਚ, ਇੱਕ ਫਾਲਟ ਦੇਖਦੇ ਹਾਂ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ। ਅਸੀਂ ਕਾਲ ਦਾ ਸਿਲਸਿਲਾ ਹੁਣ ਦੁਬਾਰਾ ਸ਼ੁਰੂ ਕਰਦੇ ਹਾਂ। ਮੇਰੇ ਖਿਆਲ ਸ਼ਾਇਦ ਥੋੜ੍ਹੀ ਜਿਹੀ ਕੋਈ ਪ੍ਰੋਬਲਮ ਸੀ ਟੈਲੀਫੋਨ ਲਾਈਨਾਂ ਦੀ, ਤਾਂ ਉਸਨੂੰ ਜ਼ਰਾ ਠੀਕ ਕਰਦੇ ਹਾਂ, ਕਿਉਂਕਿ ਜਦੋਂ ਕਾਫੀ ਸਾਰੀਆਂ ਕਾਲਾਂ ਆ ਜਾਂਦੀਆਂ ਨੇ ਬਸ ਕਰ ਪ੍ਰੋਬਲਮ ਖੜੀ ਹੋ ਜਾਂਦੀ ਹੈ। ਤਾਂ ਪਲੀਜ਼ ਤੁਸੀਂ ਫੋਨ ਕਰੇ ਕਰੋ ਜਦੋਂ ਕਾਲ ਮਿਲ ਜਾਏ, ਟੀ ਵੀ ਦੀ ਆਵਾਜ਼ ਤੁਸੀਂ ਘੱਟ ਕਰ ਦੇਣੀ ਆ। ਜੀ ਜੀ ਤੁਸੀਂ ਗੱਲ ਕਰੋ ਜੀ। ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਜੀ ਹਾਂ ਜੀ ਹਾਂ, ਤੁਸੀਂ ਗੱਲ ਕਰੋ ਜੀ। ਹਾਂਜੀ ਭਾਈ ਸਾਹਿਬ, ਅਸੀਂ ਜਦੋਂ ਸਾਹਿਬ ਪਹਿਲਾਂ ਆਏ ਸੀ ਡਿਸਕ ਵੀਜ਼ੇ ਤੇ, ਠੀਕ ਹੈ, ਤੇ ਕਿੰਨੇ ਚਿਰ ਬਾਅਦ ਅਪਲਾਈ ਕਰ ਸਕਦੇ ਪੱਕੇ ਹੋਣ ਲਈ? ਤੁਸੀਂ ਇਕੱਲੇ ਹੋ ਜਾਂ ਤੁਹਾਡੀ ਫੈਮਿਲੀ ਵੀ ਨਾਲ ਹੈ? ਨਹੀਂ ਇਕੱਲੇ ਹਾਂ ਜੀ। ਤੁਹਾਡੀ ਕੱਲ ਦਾ ਸ਼ੁਕਰੀਆ। ਪਹਿਲੀ ਗੱਲ ਕਿ ਤੁਹਾਡੇ ਕੋਲੋਂ ਗਲਤੀ ਹੋਈ ਕਿ ਪਹਿਲੇ ਐਪਲੀਕੇਸ਼ਨ ਨਹੀਂ ਪਾਈ ਹੈ। ਉਹ ਲੋਕ ਜਿਹਨੇ 2006 ਤੋਂ ਪਹਿਲੇ ਐਪਲੀਕੇਸ਼ਨ ਪਾਈਆਂ ਸਨ, ਉਹਨਾਂ ਸਾਰੇ ਨੂੰ ਸਟੇ ਲੱਭ ਗਿਆ ਸੀ। ਤੁਹਾਡੀ ਐਪਲੀਕੇਸ਼ਨ ਵੀ ਅਗਰ 2006 ਤੋਂ ਪਹਿਲੇ ਗਈ ਹੁੰਦੀ ਤੁਹਾਡਾ ਸਟੇ ਵੀ ਹੋ ਗਿਆ ਹੁੰਦਾ। ਲੇਕਿਨ ਹੁਣ ਵੀ ਤੁਹਾਨੂੰ ਚਾਹੀਦਾ ਹੈ ਕਿ ਜਿਤਨੀ ਜਲਦੀ ਹੋ ਸਕੇ ਕੋਈ ਨਾ ਕੋਈ ਐਪਲੀਕੇਸ਼ਨ ਪਾ ਦਿਓ, ਤਾਂ ਕਿ ਅਗਰ ਕੋਈ ਐਮਨੈਸਟੀ ਵਗੈਰਾ ਨਿਕਲਿਆ ਉਹ ਤੁਹਾਨੂੰ ਕਵਰ ਕਰ ਦੇਗੀ, ਅਤੇ ਕੋਈ ਵੀ ਐਪਲੀਕੇਸ਼ਨ ਤੁਸੀਂ ਅਗਰ ਪਾਉਣਾ ਚਾਹੋ ਹਿਊਮਨ ਰਾਈਟਸ ਦੇ ਵਿੱਚ ਉਹ ਤੁਸੀਂ ਪਾ ਸਕਦੇ ਹੋ। ਤੁਹਾਡੀ ਕੱਲ੍ਹ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵੱਲ ਜੀ। ਹੈਲੋ ਮਲਕ ਸਾਹਿਬ ਜੀ। ਜੀ ਮਲਕ ਸਾਹਿਬ ਜੀ, ਦੋ ਸਵਾਲ ਪੁੱਛਣਾ ਤੁਹਾਡੇ ਕੋਲ। ਜੀ ਬਿਲਕੁਲ ਪੁੱਛੋ ਜੀ। ਅੱਛਾ, ਇੱਕ ਤਾਂ ਇਹ ਮਲਕ ਸਾਹਿਬ ਜੀ ਕਿ ਮੈਂ ਨਾ 16 ਸਾਲ ਪਹਿਲਾਂ ਹੋਇਆ ਸੀ ਤੇ 7 ਸਾਲ ਹੋ ਗਏ ਮੈਨੂੰ ਲੀਗਲ ਹੋਇਆ, ਮੈਨੂੰ 3 ਸਾਲ ਦੀ ਡਿਸਕ੍ਰੈਸ਼ਨਰੀ ਦੀ ਮਿਲੀ ਸੀ, ਠੀਕ ਹੈ, ਫਿਰ ਮੈਨੂੰ 5 ਸਾਲ ਦੇ ਨਾਲ ਰੋਡ ਤੇ ਪਾਤਾ ਸੀ ਕਿਉਂਕਿ ਮੈਂ ਅਲੈਦਾ ਹੋ ਗਿਆ ਸੀ ਆਪਣੀ ਬੁੱਢੀ ਤੋਂ, ਠੀਕ ਹੈ, ਤੇ ਹੁਣ ਨਾ ਮੈਨੂੰ 10 ਮਹੀਨੇ ਹੋ ਗਏ ਆ ਐਕਸਟੈਂਸ਼ਨ ਵਾਸਤੇ ਪਾਇਆ, ਠੀਕ ਹੈ, 5 ਸਾਲ ਦੇ ਰੋਡ ਤੇ ਮੈਨੂੰ ਪਾਇਆ ਸੀ, ਠੀਕ ਹੈ, ਹੁਣ 10 ਮਹੀਨੇ ਹੋ ਗਏ ਆ ਤੇ ਉਹਨਾਂ ਨੇ ਹਾਲ ਤੱਕ ਜਵਾਬ ਕੋਈ ਨਹੀਂ ਦਿੱਤਾ, ਮੇਰੇ ਬਾਇਓਮੈਟ੍ਰਿਕ ਕੋਈ ਨਾ 8 ਮਹੀਨੇ ਹੋ ਗਏ। ਇੱਕ ਤਾਂ ਇਹ ਮੈਂ ਸਵਾਲ ਪੁੱਛਣਾ ਕਿ ਕਿੰਨੀ ਦੇਰ ਹੋਰ ਲੱਗ ਸਕਦੀ ਆ, ਤੇ ਦੂਸਰਾ ਮੈਂ ਇਹ ਸਵਾਲ ਪੁੱਛਣਾ ਕਿ ਜੇ ਮੈਨੂੰ ਇਹ ਮਿਲ ਜਾਵੇ ਐਕਸਟੈਂਸ਼ਨ, ਕਿਉਂਕਿ ਪੁਰਾਣੇ ਰੂਲ ਦੇ ਤਹਿਤ ਮੈਨੂੰ 3 ਸਾਲ ਦੀ ਪਹਿਲਾਂ ਮਿਲੀ ਸੀ, ਮੈਂ ਸਟੇਟ ਵੇ ਇੰਡੈਫੀਨੇਟ ਅਪਲਾਈ ਕਰ ਸਕਦਾ? ਇੱਕ ਤਾਂ ਇਹ ਸਵਾਲ ਆ, ਤੇ ਦੂਸਰਾ ਮੇਰੇ ਆਪਣੇ ਦੋਸਤ ਵਾਸਤੇ ਆ ਕਿ ਉਹਦੀ ਵਾਈਫ ਜਿਹੜੀ ਨਾ ਉਹ ਵਾ ਬ੍ਰਿਟਿਸ਼ ਆ, ਤੇ ਉਹਦੇ ਕੋਲ ਡਿਸਕਸ਼ਨਰੀ ਲੀਵ ਆ, ਤੇ ਅਗਰ ਉਹ ਯੂਰਪ ਹੋਲੀਡੇ ਵਾਸਤੇ 4 ਦਿਨ ਵਾਸਤੇ ਜਾਣਾ ਚਾਹੁੰਦਾ ਉਹਨੂੰ ਵੀਜ਼ਾ ਲੈਣਾ ਪਊਗਾ, ਕਿਉਂਕਿ ਉਹਦੀ ਬੀਵੀ ਕੋਲ ਬ੍ਰਿਟਿਸ਼ ਪਾਸਪੋਰਟ ਆ ਤੇ ਉਹਦੇ ਕੋਲ ਡਿਸਕਸ਼ਨਰੀ ਲੀਵ ਆ। ਜੀ ਜੀ ਤੁਹਾਡੀ ਕੱਲ੍ਹ ਦਾ ਸ਼ੁਕਰੀਆ। ਪਹਿਲੀ ਗੱਲ ਕਿ ਜਿਹੜੀ ਤੁਹਾਡੀ ਐਪਲੀਕੇਸ਼ਨ ਗਈ ਹੈ, ਅਗਰ 8-10 ਮਹੀਨੇ ਹੋ ਗਏ ਫਿਰ ਐਨੀ ਟਾਈਮ ਤੁਹਾਡਾ ਡਿਸੀਜਨ ਆ ਜਾਏਗਾ, ਅਤੇ ਜਦੋਂ ਡਿਸੀਜਨ ਆ ਜਾਏਗਾ ਤਾਂ ਇਹ ਜਿਹੜਾ ਤੁਹਾਡਾ ਜਿਹੜਾ ਪੀਰੀਅਡ ਗਿਆ 8 ਜਾਂ 9 ਮਹੀਨੇ ਦਾ ਜਾਂ 10 ਮਹੀਨੇ ਦਾ, ਇਹ ਤੁਹਾਡੇ ਖਾਤੇ 'ਚ ਨਹੀਂ ਜਾਏਗਾ, ਬਲਕਿ ਜਦੋਂ ਤੁਸੀਂ ਅਪਲਾਈ ਕਰੋਗੇ ਇਹ ਪੀਰੀਅਡ ਉਸ ਦੇ ਵਿੱਚ ਸ਼ਾਮਿਲ ਹੋ ਜਾਏਗਾ। ਦੂਜੀ ਗੱਲ ਇਹ ਕਿ ਅਗਰ ਤੁਹਾਡੀ ਐਪਲੀਕੇਸ਼ਨ 2012 ਤੋਂ ਪਹਿਲੇ ਸੀ, 9 ਜੁਲਾਈ 2012 ਤੋਂ ਪਹਿਲੇ ਸੀ, ਫਿਰ ਤੁਸੀਂ ਡਿਸਕਸ਼ਨਰੀ ਮਿਲੀ ਹੈ, ਫਿਰ ਤੁਸੀਂ 6 ਸਾਲ ਤੋਂ ਬਾਅਦ ਇੰਡੀਅਨ ਸਟੇ ਦੇ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ, ਲੇਕਿਨ ਫਿਰ ਵੀ ਕਿਸੇ ਵਕੀਲ ਤੋਂ ਤੁਸੀਂ ਮਸ਼ਵਰਾ ਕਰ ਲਿਓ। ਦੂਜੀ ਗੱਲ ਇਹ ਕਿ ਜਿਹਨੇ ਬੰਦੇ ਕੋਲ ਰਿਫਿਊਜੀ ਸਟੇਟਸ ਮਿਲਿਆ ਉਹਨੇ ਕੋਲ ਅਗਰ ਟਰੈਵਲ ਡਾਕੂਮੈਂਟ ਹੈ ਉਸ 'ਤੇ ਉਹ ਯੂਰਪ ਬਗੈਰ ਵੀਜ਼ੇ ਦੇ ਜਾ ਸਕਦੇ ਨੇ, ਲੇਕਿਨ ਅਗਰ ਹੋਰ ਕਿਸੇ ਬੰਦੇ ਦੇ ਕੋਲ ਡਿਸਕ੍ਰੈਸ਼ਨ ਲੀਵ ਹੈ ਪਾਸਪੋਰਟ 'ਤੇ ਜਾਂ ਡਿਪੈਂਡੈਂਟ ਦਾ ਕੋਈ ਵੀਜ਼ਾ ਹੈ, ਉਹ ਆਪਣੇ ਕੰਟਰੀ ਦਾ ਪਾਸਪੋਰਟ ਯੂਜ਼ ਕਰਦੇ ਨੇ, ਉਸ ਦੇ ਵਾਸਤੇ ਉਹਨਾਂ ਨੂੰ ਵੀਜ਼ਾ ਲੈਣਾ ਪਏਗਾ। ਤੁਹਾਡੀ ਕੱਲ੍ਹ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵੱਲ ਜੀ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਪੁੱਛਣਾ ਸੀ, ਮੇਰੀ ਨਾ ਇੱਕ ਫਰੈਂਡ ਤੇ ਉਹਦਾ ਹਸਬੰਡ ਇੱਥੇ ਸੈੱਟ ਹੋਣੇ ਵਾਸਤੇ ਆ ਰਹੇ, ਇੱਥੇ ਕੀ ਕਹਿੰਦੇ ਇੰਡੀਆ ਤੋਂ ਹੈਗੇ ਲੇਕਿਨ ਉਹ ਸੈੱਟ ਹੋਣ ਵਾਸਤੇ ਬੱਚਿਆਂ ਦੀ ਪੜ੍ਹਾਈ ਕਰਕੇ ਆਉਂਦੇ, ਸਾਰਾ ਖਰਚਾ ਆਪਣੇ ਆਪ ਚੱਕਣਗੇ, ਉਹਨਾਂ ਦਾ ਆਲਮੋਸਟ ਕੀ ਕਹਿੰਦੇ ਬੱਚੇ ਦੀ ਐਜੂਕੇਸ਼ਨ ਦੇ ਥਰੂ ਵੀਜ਼ਾ ਲੈ ਕੇ ਆਉਣੇ ਨੇ ਨਾ, ਗਾਰਡੀਅਨ ਵੀਜ਼ਾ ਲੈ ਕੇ ਆਉਣਗੇ, ਤੇ ਉਸ ਤੋਂ ਬਾਅਦ ਕਿੰਨੇ ਚਿਰ ਤੱਕ ਉਹਨੇ ਰਹਿ ਕੇ ਇੱਥੇ ਫਿਰ ਪੱਕੇ ਹੋ ਸਕਦੇ? ਜੀ ਤੁਹਾਡੀ ਕੱਲ੍ਹ ਦਾ ਸ਼ੁਕਰੀਆ। ਨਹੀਂ, ਇਸ ਤਰ੍ਹਾਂ ਦਾ ਵੀਜ਼ਾ ਉਹ ਪੈਰੈਂਟਸ ਨੂੰ ਨਹੀਂ ਦਿੰਦੇ ਨੇ ਕਿ ਉਹ ਆ ਕੇ ਇੱਥੇ ਬੱਚੇ ਦੇ ਨਾਲ ਰਹਿਣ, ਇਹ ਪਾਸੇਬਿਲਿਟੀ ਨਹੀਂ ਹੈ। ਸਿਰਫ ਇਹ ਹੋ ਸਕਦਾ ਕਿ ਅਗਰ ਕਿਸੇ ਦੀ ਫੈਮਿਲੀ ਬਹੁਤ ਹੀ ਅਮੀਰ ਨੇ, ਉਹਨਾਂ ਦੇ ਬੱਚੇ ਇੱਥੇ ਬੋਰਡਿੰਗ ਸਕੂਲ ਦੇ ਵਿੱਚ ਪੜ੍ਹਦੇ ਨੇ, ਬੱਚੇ ਇੱਥੇ ਪੜ੍ਹ ਸਕਦੇ ਨੇ, ਉਹ ਬੱਚੇ ਨੂੰ ਵਿਜ਼ਟਰ ਮਿਲਣ ਦੇ ਵਾਸਤੇ ਆ ਸਕਦੇ ਨੇ ਛੁੱਟੀਆਂ ਦੇ ਵਿੱਚ, ਲੇਕਿਨ ਅਗਰ ਬੱਚੇ ਪੜ੍ਹ ਰਹੇ ਨੇ ਬੱਚੇ ਦੇ ਨਾਲ ਇੱਥੇ ਉਹ ਨਹੀਂ ਰਹਿ ਸਕਦੇ ਨੇ, ਇਸ ਤਰ੍ਹਾਂ ਦਾ ਕਾਨੂੰਨ ਕੋਈ ਨਹੀਂ ਹੈ। ਤੁਹਾਡੀ ਕੱਲ੍ਹ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵੱਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਸ ਮੈਂ ਕੱਲ ਵੀ ਤੁਹਾਨੂੰ ਕਾਲ ਕੀਤੀ ਸੀ ਕਿ ਮੇਰੇ ਹਸਬੈਂਡ ਨੂੰ 12 ਸਾਲ ਹੋ ਜਾਣੇ 7 ਸਤੰਬਰ ਨੂੰ, ਠੀਕ ਹੈ, ਤੇ ਮੈਨੂੰ ਬੱਚਿਆਂ ਦੇ ਨਾਲ 5 ਸਾਲ ਹੋ ਜਾਣੇ 7 ਸਤੰਬਰ ਨੂੰ, ਠੀਕ ਹੈ, ਤੇ ਆਪਣੇ ਵਕੀਲ ਨੇ ਨਾ ਸਾਰੇ ਕੇਸ ਆਪਾਂ ਜਿੱਦਾਂ ਵੀ ਲਾਉਂਦੇ ਸੀ ਆਪਾਂ ਮਈ 2015 ਦੇ ਕੇਸ ਲਾਉਣ ਲੱਗੇ ਹਾਂ, ਤੇ ਆਪਣੇ ਸਾਰੇ ਰਿਫਿਊਜ਼ੀ ਹੁੰਦੇ ਰਹੇ ਆ,
ਠੀਕ ਹੈ ਹੁਣ ਜੀ ਆਰ ਕੀਤੀ ਹੈ ਤੇ ਉਹਦੀ ਫੀਸ 154 pound ਵੀ ਉਹਨਾਂ ਨੇ ਕੈਸ਼ ਵਕੀਲ ਨੇ ਪੇ ਕੀਤੀ ਆ ਤੇ ਅੱਜ ਮੇਰੇ ਬੜੇ ਬੇਟੇ ਨੂੰ ਚਿੱਠੀ ਆਈ ਆ ਕਿ ਉਹਨੂੰ ਲੈ ਕੇ ਉਹਦੀ ਇੰਟਰਵਿਊ ਤੇ ਆਓ ਤੁਸੀਂ 2nd of June ਠੀਕ ਹੈ ਜਵਾਬ ਦੇ ਦੇਣਾ ਮੋਸਟਲੀ ਤੁਹਾਡੇ ਕੋਲ ਟਰੈਵਲ ਡਾਕੂਮੈਂਟ ਦੇ ਬਾਰੇ ਪੁੱਛਣਗੇ ਤੁਸੀਂ ਕਦੋਂ ਆਏ ਸੋ ਕਿੱਥੋਂ ਆਏ ਸੋ ਪਾਸਪੋਰਟ ਕਿੱਥੇ ਹੈ ਇਸ ਤਰ੍ਹਾਂ ਦੇ ਸਵਾਲ ਪੁੱਛਣਗੇ ਤਾਂ ਤੁਸੀਂ ਜਵਾਬ ਦੇ ਦਿਓ ਜਦੋਂ ਤੱਕ ਤੁਹਾਡਾ ਕੇਸ ਹਾਈਕੋਰਟ ਦੇ ਵਿੱਚ ਹੈ ਤਦੋਂ ਤੱਕ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋ ਜਾਏਗੀ ਅਗਰ ਹਾਈਕੋਰਟ ਦੇ ਵਿੱਚੋਂ ਤੁਹਾਡਾ ਕੇਸ ਨਾ ਹੋ ਜਾਂਦਾ ਫਿਰ ਤੁਹਾਡੇ ਕੋਲ ਆਪਸ਼ਨ ਹੋਏਗਾ ਕਿ ਅੱਗੇ ਤੁਸੀਂ ਕੋਰਟ ਆਫ ਅਪੀਲ ਦੇ ਵਿੱਚ ਕੇਸ ਲਾ ਦਿਓ ਜਾਂ ਨਿਊ ਕੇਸ ਵੀ ਤੁਸੀਂ ਅਗਰ ਅਪਲਾਈ ਕਰਨਾ ਚਾਹੋ ਉਹ ਵੀ ਲਾ ਦਿਓ ਅਤੇ ਅਗਰ ਬੱਚੇ ਦੇ ਨਾਲ ਤੁਹਾਨੂੰ UK ਦੇ ਵਿੱਚ 7 ਸਾਲ ਪੂਰੇ ਹੋ ਜਾਣ ਫਿਰ ਤੁਹਾਡੇ ਬਹੁਤ ਹੀ ਜ਼ਿਆਦਾ ਚਾਂਸ ਨੇ ਕਿ ਤੁਹਾਨੂੰ ਸਟੇ ਹੋ ਜਾਏਗੀ ਫਿਲਹਾਲ ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡਾ ਕੇਸ ਹਾਈਕੋਰਟ ਦੇ ਵਿੱਚ ਚੱਲ ਰਿਹਾ ਅਤੇ ਫਿਰ ਇੰਟਰਵਿਊ ਵਾਸਤੇ ਚਲੇ ਜਾਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੈ ਕੱਲ੍ਹ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵੱਲ ਜੀ ਹੈਲੋ ਮਾਸਟਰ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਮਕਸਦ ਮੈਂ ਯੂਰਪ ਤੋਂ ਆਇਆ ਤੇ ਮੈਂ 5-6 ਮਹੀਨੇ ਹੋ ਗਏ ਸੀ ਇੰਗਲੈਂਡ ਵਿੱਚ ਕੰਮ ਕਰਦਿਆਂ ਨੂੰ ਤੇ 3-4 ਮਹੀਨੇ ਹੋ ਗਏ ਰੈਜ਼ੀਡੈਂਸ ਕਾਰਡ ਅਪਲਾਈ ਕੀਤੇ ਨੂੰ ਤੇ ਮੈਂ ਉਹਨਾਂ ਅਪਲਾਈ ਕੀਤਾ ਸੀ ਆਪਣੀ ID ਕਾਰਡ ਭੇਜਿਆ ਤੇ ਇਹ ਪਾਸਪੋਰਟ ਮੇਰੇ ਕੋਲ ਆ ਕੀ ਮੈਂ ਹੌਲੀਡੇ ਵਾਸਤੇ 3-4 ਦਿਨ ਵਾਸਤੇ ਯੂਰਪ ਜਾ ਸਕਦਾ ਹਾਂ ਤੇ ਦੂਸਰਾ ਮੇਰਾ ਕੁਐਸਚਨ ਹੈ ਕਿ ਜਿਸ ਤਰ੍ਹਾਂ ਮੈਨੂੰ 5-6 ਮਹੀਨੇ ਹੋ ਗਏ ਕੰਮ ਕਰਦੇ ਨੂੰ ਕੀ ਮੈਂ ਆਪਣੇ ਮੰਮੀ ਡੈਡੀ ਨੂੰ ਵਿਜ਼ਿਟ ਵੀਜ਼ੇ ਵਾਸਤੇ ਇੰਡੀਆ ਤੋਂ ਸਪਾਂਸਰ ਕਰ ਸਕਦਾ ਜਾਂ ਨਹੀਂ ਕਰ ਸਕਦਾ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਪਹਿਲੀ ਗੱਲ ਕਿ ਤੁਸੀਂ ਅਗਰ ਟਰੈਵਲ ਕਰਨਾ ਚਾਹੋ ਤਾਂ ਤੁਸੀਂ ਟਰੈਵਲ ਕਰ ਸਕਦੇ ਹੋ ਤੁਹਾਡੇ ਕੋਲ ਚੁੱਕੇ ਪਾਸਪੋਰਟ ਮੌਜੂਦ ਹੈ ਇਸ ਤੇ ਤੁਸੀਂ ਜਾਓ ਅਗਰ 2-4 ਦਿਨਾਂ ਦੇ ਵਾਸਤੇ ਜਾਣਾ ਚਾਹੁੰਦੇ ਹੋ ਕੋਈ ਫਰਕ ਨਹੀਂ ਪਏਗਾ ਤੁਹਾਡੀ ਐਪਲੀਕੇਸ਼ਨ ਹੋਮ ਆਫ ਦੇ ਪੈਂਡਿੰਗ ਰਹੇਗੀ ਦੂਜੀ ਗੱਲ ਹੈ ਕਿ ਅਗਰ ਤੁਹਾਡੀ ਬੈਂਕ ਸਟੇਟਮੈਂਟ ਵੀ ਹੈ ਤੁਹਾਡੇ ਕੋਲ ਪੇ ਸਲਿਪਸ ਨੇ ਅਗਰ ਤੁਸੀਂ ਮੰਮੀ ਡੈਡੀ ਨੂੰ ਸਪਾਂਸਰ ਕਰਨਾ ਚਾਹੋ ਤਾਂ ਤੁਸੀਂ ਉਹਨਾਂ ਨੂੰ ਸਪਾਂਸਰ ਕਰ ਸਕਦੇ ਹੋ ਹਾਲੀਡੇ ਦੇ ਵਾਸਤੇ ਉਹ ਆ ਸਕਦੇ ਨੇ ਇੱਥੇ ਉਹਨਾਂ ਨੂੰ ਸਪਾਂਸਰ ਕਰ ਸਕਦੇ ਹੋ ਤੁਹਾਡੀ ਗੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵੱਲ ਜੀ ਜੀ ਤੁਸੀਂ ਗੱਲ ਕਰੋ ਜੀ ਜੀ ਤੁਹਾਡਾ ਨੰਬਰ ਆ ਗਿਆ ਜੀ ਗੱਲ ਕਰੋ ਜੀ ਉਹ ਤੇ ਜੀ ਗੱਲ ਚੱਲ ਰਹੀ ਹੈ ਉਹਨਾਂ ਨਹੀਂ ਨਹੀਂ ਤੁਸੀਂ ਟੈਲੀਫੋਨ ਤੇ ਗੱਲ ਕਰੋ ਤੁਹਾਡਾ ਨੰਬਰ ਆ ਗਿਆ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਜੀ ਤੁਸੀਂ ਟੀਵੀ ਨਾ ਵੇਖੋ ਤੁਸੀਂ ਟੈਲੀਫੋਨ ਤੇ ਗੱਲ ਕਰੋ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਮੈਂ ਟੀਵੀ ਤੇ ਨਹੀਂ ਦੇਖ ਰਹੀ ਠੀਕ ਹੈ ਮੈਂ ਤੁਹਾਡਾ ਇਹ ਪੁੱਛਣਾ ਸੀ ਕਿ ਅਗਰ ਕਿਸੇ ਨੂੰ ਵਿਜ਼ਿਟਰ ਵਾਸਤੇ ਕਿਸੇ ਨੂੰ ਬੁਲਾਣਾ ਹੋਵੇ ਐਜ਼ ਅ ਵਿਜ਼ਿਟਰ ਤੇ ਉਹਦੇ ਲਈ ਕੀ ਕਾਗਜ਼ ਚਾਹੀਦੇ ਨੇ ਜੀ ਤੁਹਾਡੀ ਕੱਲ੍ਹ ਦਾ ਸ਼ੁਕਰੀਆ ਅਗਰ ਕਿਸੇ ਨੂੰ ਤੁਸੀਂ ਵਿਜ਼ਿਟਰ ਬਣਾਉਣਾ ਚਾਹੋ ਉਸ ਦੇ ਵਾਸਤੇ ਸਪਾਂਸਰਸ਼ਿਪ ਬਣਾ ਕੇ ਭੇਜਣੀ ਪਏਗੀ ਸਪਾਂਸਰਸ਼ਿਪ ਤੁਸੀਂ ਕਿਸੇ ਵੀ ਵਕੀਲ ਦੇ ਕੋਲ ਜਾਓਗੇ ਉਹ ਤੁਹਾਨੂੰ ਸਪਾਂਸਰਸ਼ਿਪ ਬਣਾ ਕੇ ਦੇਗਾ ਇਸ ਦੇ ਨਾਲ ਤੁਹਾਨੂੰ ਜਿਹੜੇ ਸਪੋਰਟਿੰਗ ਡਾਕੂਮੈਂਟਸ ਜਾਂ ਹੋਰ ਪੇਪਰ ਭੇਜਣੇ ਨੇ ਉਹ ਆਪਣੇ ਪਾਸਪੋਰਟ ਦੀ ਕਾਪੀ ਤੁਹਾਨੂੰ ਭੇਜਣੀ ਪਏਗੀ ਬੈਂਕ ਸਟੇਟਮੈਂਟ ਤੁਹਾਨੂੰ ਭੇਜਣੀ ਪਏਗੀ ਮਕਾਨ ਦਾ ਪਰੂਫ ਅਗਰ ਕੋਈ ਕੰਮ ਸ਼ੰਮ ਕਰ ਰਹੇ ਹੋ ਤਾਂ ਉਹ ਵੀ ਪਰੂਫ ਜਿੱਥੇ ਵੀ ਤੁਹਾਡੇ ਕੋਲ ਪੇਪਰ ਨੇ ਇਹ ਤੁਸੀਂ ਸਾਰੇ ਕਰਕੇ ਤਾਂ ਉਹਨਾਂ ਨੂੰ ਭਜਵਾ ਸਕਦੇ ਹੋ ਲੇਕਿਨ ਸਪਾਂਸਰਸ਼ਿਪ ਇਸ ਨਾਲ ਜ਼ਰੂਰ ਭਜਵਾਉਣਾ ਹੈ ਕੱਲ੍ਹ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵੱਲ ਜੀ ਹੈਲੋ ਜੀ ਤੁਸੀਂ ਗੱਲ ਕਰੋ ਜੀ ਹੈਲੋ ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ ਜੀ ਹਾਂਜੀ ਵਕੀਲ ਸਾਹਿਬ ਮੈਂ ਪੁਰਤਗਾਲ ਤੋਂ ਆਇਆ ਹੈਗਾ ਠੀਕ ਹੈ ਤੇ ਮੈਨੂੰ ਆਏ ਨੂੰ 6 ਸਾਲ ਹੋ ਗਏ ਹੈਗੇ ਆ ਠੀਕ ਹੈ ਤੇ ਮੈਨੂੰ ਡੈਫੀਨੇਟ ਵੀ ਇੱਥੇ ਦੀ PR ਵੀ ਮਿਲ ਗਈ ਹੈਗੀ ਆ ਠੀਕ ਹੈ ਤੇ ਜਦੋਂ ਮੈਨੂੰ ਇੱਥੇ ਬ੍ਰਿਟਿਸ਼ ਪਾਸਪੋਰਟ ਮਿਲਣਾ ਹੈਗਾ ਕਿ ਮੇਰਾ ਜਾਨੀ ਕਿ ਮੈਂ 2 ਨੈਸ਼ਨਲਿਟੀ ਰੱਖ ਸਕਦਾ ਜਾਂ ਇੱਕ ਕੈਂਸਲ ਹੋ ਜਾਊਗੀ ਜਾਂ ਇੱਕ ਰੱਖਣੀ ਪਊਗੀ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਪਹਿਲੀ ਗੱਲ ਕਿ ਜਿੱਥੇ ਤੱਕ ਬ੍ਰਿਟਿਸ਼ ਗਵਰਨਮੈਂਟ ਹੈ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਤੁਸੀਂ 10 ਨੈਸ਼ਨੈਲਿਟੀ ਵੀ ਰੱਖ ਸਕਦੇ ਹੋ ਤਾਂ ਪੁਰਤਗਾਲੀ ਨੈਸ਼ਨਲ ਗਵਰਨਮੈਂਟ ਤੋਂ ਤੁਸੀਂ ਪੁੱਛ ਸਕਦੇ ਹੋ ਜਾਂ ਉਹਨਾਂ ਦੀ ਐਮਬੈਸੀ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿ ਦੂਸਰੀ ਨੈਸ਼ਨੈਲਿਟੀ ਤੁਸੀਂ ਪੁਰਤਗਾਲੀ ਰੱਖ ਸਕੋਗੇ ਜਾਂ ਨਹੀਂ ਰੱਖ ਸਕੋਗੇ ਜਿੱਥੇ ਤੱਕ ਬ੍ਰਿਟਿਸ਼ ਦਾ ਤਾਲਕ ਹੈ ਤਾਂ ਤੁਸੀਂ 2 ਨੈਸ਼ਨੈਲਿਟੀਆਂ 3 ਨੈਸ਼ਨੈਲਿਟੀਆਂ 4 ਨੈਸ਼ਨੈਲਿਟੀਆਂ ਰੱਖ ਸਕਦੇ ਹੋ ਬ੍ਰਿਟਿਸ਼ ਗਵਰਨਮੈਂਟ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਅਗਰ ਤੁਸੀਂ ਬ੍ਰਿਟਿਸ਼ ਨੈਸ਼ਨੈਲਿਟੀ ਲੈ ਰਹੇ ਹੋ ਪੁਰਤਗੀਜ਼ ਨਾਲ ਤੁਸੀਂ ਉਹਨਾਂ ਦੀ ਐਮਬੈਸੀ ਨੂੰ ਫੋਨ ਕਰਕੇ ਪੁੱਛ ਲਿਓ ਕਿ ਉਹਨਾਂ ਨੂੰ ਕੋਈ ਇਤਰਾਜ਼ ਤੇ ਨਹੀਂ ਹੋਏਗਾ ਤੁਹਾਡੀ ਕੱਲ੍ਹ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵੱਲ ਜੀ ਹੈਲੋ ਜੀ ਬੱਚੇ ਦੀ ਏਜ ਕਿਤਨੀ ਹੈ 13 ਸਾਲ ਦਾ ਹੋ ਜਾਣਾ ਜੀ ਤੁਹਾਡੀ ਕੱਲ੍ਹ ਦਾ ਸ਼ੁਕਰੀਆ ਨਹੀਂ ਉਸਨੂੰ ਇੰਟਰਵਿਊ ਵਾਸਤੇ ਤਾਂ ਨਹੀਂ ਬੁਲਾਉਣਾ ਚਾਹੁੰਦੇ ਕਿਉਂਕਿ ਬੱਚੇ ਨੂੰ ਨਹੀਂ ਬੁਲਾਉਂਦੇ ਨੇ ਤਾਂ ਉਹ ਸ਼ਾਇਦ ਸਟੈਂਡਰਡ ਜਾਂ ਲੈਟਰ ਉਸਦੇ ਨਾਮ ਕੋਈ ਆ ਗਿਆ ਹੈ ਤਾਂ ਲੇਕਿਨ ਆਮ ਤੌਰ 'ਤੇ 13 ਸਾਲ ਨੇ ਬੱਚੇ ਦਾ ਇੰਟਰਵਿਊ ਉਹ ਨਹੀਂ ਕਰਦੇ ਨੇ ਤਾਂ ਨਾ ਹੀ ਕਰ ਸਕਦੇ ਨੇ ਤਾਂ ਤੁਸੀਂ ਆਪਣੇ ਵਕੀਲ ਤੋਂ ਵੀ ਐਡਵਾਈਸ ਕਰ ਲਿਓ ਤਾਂ ਅਗਰ ਨਾ ਵੀ ਜਾਓ 13 ਸਾਲ ਨੇ ਬੱਚੇ ਨੂੰ ਇੰਟਰਵਿਊ ਵਾਸਤੇ ਵੀ ਨਹੀਂ ਬੁਲਾ ਸਕਦੇ ਨੇ ਤਾਂ ਵੈਸੇ ਅਗਰ ਉਹਨਾਂ ਨੂੰ ਪੇਪਰ ਸ਼ੇਪਰ ਕੋਈ ਚਾਹੀਦੇ ਨੇ ਤਾਂ ਤੁਸੀਂ ਹੋਮ ਆਫਿਸ ਤੋਂ ਜਿਹੜੀ ਚਿੱਠੀ ਆਈ ਹੈ ਜਾਂ ਜਿਹੜਾ ਤੁਹਾਡਾ ਕੇਸ ਚੱਲ ਰਿਹਾ ਜੁਡੀਸ਼ੀਅਲ ਰਿਵਿਊ ਦਾ ਉਸੇ ਪੇਪਰ ਲੈ ਕੇ ਉਹਨੇ ਕੋਈ ਦੱਸ ਸਕਦੇ ਹੋ ਕਿ ਸਾਡਾ ਕੇਸ ਹਾਈਕੋਰਟ ਦੇ ਵਿੱਚ ਚੱਲ ਰਿਹਾ ਤੁਹਾਡੀ ਕੱਲ੍ਹ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਨੂੰ ਕਾਲਰ ਵੱਲ ਜੀ ਹਾਂਜੀ ਮਲਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਮੇਰਾ ਇੱਕ ਸਵਾਲ ਹੈ ਤੁਹਾਡੇ ਨਾ ਇੱਥੇ ਇੱਕ ਬੇਟੀ ਨੇ ਆਪਦੀ ਮਾਤਾ ਨੂੰ ਹੱਤਿਆ 2004 ਚ ਠੀਕ ਹੈ
ਤੇ ਉਹਨਾਂ ਨੇ ਮੁੜ ਕੇ ਵੀਜ਼ਾ ਐਕਸਟੈਂਡ ਕਰਨ ਵਾਸਤੇ ਭੇਜਤਾ ਤੇ ਉਹ ਵੀਜ਼ਾ ਤਾਂ ਐਕਸਟੈਂਡ ਹੀ ਹੋਇਆ ਲੇਕਿਨ ਉਹਦੇ ਹਸਬੈਂਡ ਦੀ ਡੈਥ ਹੋ ਗਈ। ਠੀਕ ਹੈ। ਉਹਦੀ ਮਾਤਾ ਇੱਥੇ ਰਹਿ ਗਈ ਤੇ ਹੁਣ 2011 ਚ ਉਹਨਾਂ ਨੇ ਦੁਬਾਰਾ ਹੋਮ ਆਫ ਕਰਵਾ ਕੇ ਪੇਪਰ ਤੇ ਆਈ ਡੀ ਭੇਜੀ ਪਾਸਪੋਰਟ ਤੇ ਉਹ ਪੁਰਾਣਾ ਰਿਕਾਰਡ ਦੱਸ ਕੇ ਤੇ ਉਹਨਾਂ ਦਾ ਕੋਈ ਜਵਾਬ ਨੀ ਆਇਆ। ਫਿਰ 2014 ਚ ਲੈਟਰ ਪਾਤਾ ਲੇਕਿਨ ਉਧਰੋਂ ਕੋਈ ਵੀ ਜਵਾਬ ਨੀ ਆਇਆ ਤੇ ਉਹਨਾਂ ਦਾ ਕੀ ਰਾਈਟ ਇੰਸ਼ੋਰੈਂਸ ਬਣਦਾ ਕੀ ਕਰਨਾ ਚਾਹੀਦਾ? ਉਹਨਾਂ ਦੀ ਏਜ ਕਿੰਨੀ ਹੈ? 63 ਸਾਲ ਦੀ ਹੋ ਗਈ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਪਹਿਲੀ ਗੱਲ ਕਿ ਜਦੋਂ ਤੁਸੀਂ ਹੋਮ ਆਫਿਸ ਨੂੰ ਕੋਈ ਕੇਸ ਅਪਲਾਈ ਕਰੋ ਉਸ ਦੇ ਵਿੱਚ ਤਰੀਕਾ ਇਹ ਹੈ ਕਿ ਤੁਹਾਨੂੰ ਐਪਲੀਕੇਸ਼ਨ ਫਾਰਮ ਕੰਪਲੀਟ ਕਰਨਾ ਪੈਂਦਾ ਹੈ ਔਰ ਹੋਮ ਆਫਿਸ ਦੀ ਫੀ ਪੇ ਕਰਨਾ ਪੈਂਦੀ ਹੈ। ਜਦੋਂ ਇਹ ਦੋ ਚੀਜ਼ਾਂ ਕਰੋਗੇ ਫਿਰ ਉਹ ਤੁਹਾਡਾ ਕੇਸ ਐਕਸੈਪਟ ਕਰਨਗੇ। ਆਮ ਤੌਰ ਪਰ ਲੋਕ ਹੁੰਦੇ ਨੇ ਵੈਸੇ ਚਿੱਠੀ ਪਾ ਦਿੰਦੇ ਨੇ ਹੋਮ ਆਫਿਸ ਨੂੰ, ਉਹ ਉਸਨੂੰ ਕੇਸ ਕੰਸੀਡਰ ਨਹੀਂ ਕਰਦੇ ਨੇ। ਦੂਜੀ ਗੱਲ ਇਹ ਕਿ ਅਗਰ ਉਹਨਾਂ ਦੀ ਉਮਰ 65 ਸਾਲ ਤੋਂ ਘੱਟ ਹੈ ਫਿਰ ਉਸਦੇ ਵਿੱਚ ਜ਼ਿਆਦਾ ਚਾਂਸਿਸ ਨਹੀਂ ਨੇ, ਤਾਂ ਤੁਸੀਂ ਜ਼ਿਆਦਾ ਬਿਹਤਰ ਕਿਸੇ ਵਕੀਲ ਨੂੰ ਸਾਰੇ ਪੇਪਰ ਦੱਸ ਕੇ ਉਹਨਾਂ ਤੋਂ ਐਡਵਾਈਜ਼ ਕਰ ਲਿਓ ਕਿ ਤੁਸੀਂ ਇਸ ਕੇਸ ਨੂੰ ਪੁਸ਼ ਕਰੋ ਜਾਂ ਨਾ ਕਰੋ। 65 ਤੋਂ ਅਗਰ ਘੱਟ ਨੇ ਫਿਰ ਜ਼ਿਆਦਾ ਚਾਂਸਿਸ ਨੇ, ਅਗਰ 65 ਤੋਂ ਜ਼ਿਆਦਾ ਹਨ ਫਿਰ ਜ਼ਿਆਦਾ ਚਾਂਸਿਸ ਨੇ, ਲੇਕਿਨ ਕਿਸੇ ਵਕੀਲ ਨੂੰ ਮਿਲ ਕੇ ਉਹਨਾਂ ਤੋਂ ਐਡਵਾਈਸ ਲੈ ਲਿਓ ਕਿ ਤੁਸੀਂ ਇਸ ਨੂੰ ਪੁਸ਼ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੀਆ। ਅਗਲੇ ਕਾਲਰ ਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਦੁਬਾਰਾ ਫੋਨ ਕੀਤਾ। ਜੀ ਜੀ, ਜੋ ਇੰਡੀਆ ਮੈਂ ਹਾਂ, ਫਰੈਂਡ ਕਹਿ ਰਹੀ ਸੀ ਨਾ, ਉਹਨਾਂ ਨੂੰ ਦੱਸਿਆ ਨੇ ਕਿ ਤੁਸੀਂ ਗਾਰਡੀਅਨ ਦਾ ਵੀਜ਼ਾ ਲੈ ਸਕਦੇ ਹੋ ਤੇ ਇੱਥੇ ਆਪਣੇ ਬਲਬੂਤੇ ਤੇ ਆਪ ਰਹਿ ਸਕਦੇ ਹੋ, ਕੰਮ ਨਹੀਂ ਕਰ ਸਕਦੇ, ਲੇਕਿਨ ਬੱਚਿਆਂ ਕਰਕੇ 2 ਬੱਚੇ ਨਾ ਉਹਨਾਂ ਦੇ, ਤੇ ਉਹਨੇ ਇੱਥੇ ਆਪਣਾ ਕਾਰੋਬਾਰ ਲੈ ਕੇ ਰਹਿ ਸਕਦੇ ਬੱਚੇ ਦੇ ਗਾਰਡੀਅਨ ਬਣ ਕੇ। ਉਹ ਵੀ ਉਸ ਤਰ੍ਹਾਂ ਵੀਜ਼ਾ ਹੁੰਦਾ ਉਧਰੋਂ? ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ ਜੀ, ਇਸ ਤਰ੍ਹਾਂ ਦਾ ਕੋਈ ਵੀਜ਼ਾ ਨਹੀਂ ਹੁੰਦਾ। ਪਹਿਲੀ ਗੱਲ, ਉੱਥੇ ਇਮੀਗ੍ਰੇਸ਼ਨ ਵਾਲੇ ਇਹ ਕਹਿੰਦੇ ਨੇ ਕਿ ਜਿਸ ਬੰਦੇ ਪੜ੍ਹਨਾ ਹੈ, ਛੋਟਾ ਬੱਚਾ ਉਹ ਇੰਡੀਆ 'ਚ ਪੜ੍ਹਾ, ਇੰਡੀਆ 'ਚ ਬਹੁਤ ਚੰਗੀ ਐਜੂਕੇਸ਼ਨ ਹੈ, ਉੱਥੇ ਪੜ੍ਹ ਸਕਦਾ ਨਾ। ਲੇਕਿਨ ਬਾਅਦ ਕਰ ਜਿਹੜੀ ਅਮੀਰ ਫੈਮਿਲੀ ਨੇ, ਜਿਹੜੇ ਬਹੁਤ ਹੀ ਜ਼ਿਆਦਾ ਅਮੀਰ ਨੇ, ਉਹਨਾਂ ਦੇ ਬੱਚੇ ਜਿਹੜੇ ਬੋਰਡਿੰਗ ਕਾਲਜਾਂ 'ਚ ਪੜ੍ਹਦੇ ਨੇ, ਜਿੱਥੇ ਇੱਥੇ ਹੈਰੋ ਕਾਲਜ ਹੈ ਜਾਂ ਈਟਨ ਹੈ ਜਾਂ ਇਸ ਤਰ੍ਹਾਂ ਦੇ ਬੜੇ ਕਾਲਜਾਂ 'ਚ, ਉਹਨਾਂ ਦੇ ਵਿੱਚ ਅਗਰ ਕੋਈ ਬੱਚਾ ਪੜ੍ਹਨ ਦੇ ਵਾਸਤੇ ਆਏ, ਬੋਰਡਿੰਗ 'ਚ ਰਹੇ, ਉਸਨੂੰ ਵੀਜ਼ਾ ਦੇ ਦਿੰਦੇ ਨੇ, ਉਸਦੇ ਪੇਰੈਂਟਸ ਉਸਨੂੰ ਮਿਲਣ ਦੇ ਵਾਸਤੇ ਆ ਸਕਦੇ ਨੇ, ਲੇਕਿਨ ਪੇਰੈਂਟਸ ਇੱਥੇ ਨਾਲ ਲੈ ਕੇ ਬੱਚੇ ਦੀ ਐਜੂਕੇਸ਼ਨ 'ਤੇ ਨਹੀਂ ਰਹਿ ਸਕਦੇ ਨੇ। ਇਸ ਤਰ੍ਹਾਂ ਦਾ ਕਾਨੂੰਨ ਕੋਈ ਨਹੀਂ ਹੈ। ਕੱਲ੍ਹ ਦਾ ਸ਼ੁਕਰੀਆ, ਵਧੀਆ। ਅਗਲੇ ਕਾਲਰ ਵੱਲ ਜੀ। ਜੀ, ਅਸਲਾਮ ਵਾਲੇਕੁਮ। ਜੀ, ਵਾਲੇਕੁਮ ਸਲਾਮ। ਮੇਰਾ ਕੁਸਚਨ ਹੈ ਕਿ ਮੈਂ ਨਾ ਡਿਸਕ੍ਰਿਪਸ਼ਨ ਰੀਡ ਤੇ ਰਹਾ, ਮੈਂ ਆਪਣੀ ਬਾਲਾ ਨੂੰ ਅਪਲਾਈ ਕਰ ਸਕਦਾ, ਬੁਲਾ ਸਕਦਾ, ਕਿਉਂਕਿ ਮੇਰੀ ਜਿਹੜੀ ਉਹ 25 ਸਾਲ ਦੀ ਹੈਗੀ। ਜੀ ਮੈਂ ਸੋਰੀ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਹਾਂ, ਉਹਨੇ ਤੁਸੀਂ ਸਪਾਂਸਰ ਕਰ ਸਕਦੇ ਹੋ, ਅਗਰ ਤੁਸੀਂ ਕੰਮ ਕਰ ਰਹੇ ਹੋ, ਜ਼ਾਹਿਰ ਹੈ ਤੁਹਾਨੂੰ ਕੰਮ ਨਹੀਂ ਦੀ ਪਰਮਿਸ਼ਨ ਹੋਏਗੀ। ਬਾਅਦ ਕਾਤ ਹੁੰਦਾ ਹੈ ਕਿ ਬੰਦੇ ਨੂੰ ਲੀਗਲ ਸਟੇ ਮਿਲ ਜਾਂਦਾ, ਉਹ 10 ਸਾਲ ਦੇ ਰੂਟ ਤੇ ਉੱਤੇ ਹੁੰਦਾ, ਲੇਕਿਨ ਅਗਰ ਤੁਸੀਂ ਆਪਣੀ ਵਾਲਦਾ ਨੂੰ ਬੁਲਾਉਣਾ ਚਾਹੋ ਵਿਜ਼ਟਰ 'ਤੇ, ਤਾਂ ਤੁਸੀਂ ਉਹਨਾਂ ਨੂੰ ਬੁਲਾ ਸਕਦੇ ਹੋ। ਅਗਰ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਬੈਂਕ ਬੈਲੈਂਸ ਠੀਕ ਹੈ, ਤਾਂ ਤੁਸੀਂ ਉਹਨਾਂ ਨੂੰ ਸਪਾਂਸਰ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੋਏਗੀ। ਕੱਲ੍ਹ ਦਾ ਸ਼ੁਕਰੀਆ, ਵਧਿਆ। ਅਗਲੇ ਕਾਲਰ ਵੱਲ ਜੀ। ਜੀ, ਤੁਸੀਂ ਗੱਲ ਕਰੋ ਜੀ। ਐਵੇਂ ਲੱਗਦਾ ਕਿ ਕਾਲ ਡਰਾਪ ਹੋ ਰਹੀ ਹੈ। ਪਲੀਜ਼ ਜਦੋਂ ਤੁਸੀਂ ਕਾਲ ਕਰੋ ਤਦੋਂ ਟੀ ਵੀ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਕਰਦੇ ਕਰੋ, ਤਾਂ ਕਿ ਜਿਹੜੀ ਤੁਹਾਡੀ ਆਵਾਜ਼ ਹੈ ਉਹ ਅਸੀਂ ਕਲੀਅਰਲੀ ਸੁਣ ਸਕੀਏ। ਕਿਉਂਕਿ ਅਗਰ ਤੁਸੀਂ ਫੋਨ ਕਰੋਗੇ, ਤੁਸੀਂ ਤੁਹਾਡੀ ਆਵਾਜ਼ ਆਉਂਦੀ ਹੈ, ਤੁਹਾਡੇ ਬੈਕਗਰਾਊਂਡ ਵਿੱਚ ਟੀ ਵੀ ਦੀ ਆਵਾਜ਼ ਵੀ ਆਉਂਦੀ ਹੈ, ਤਾਂ ਫਿਰ ਅਸੀਂ ਸੁਣ ਨਹੀਂ ਸਕਦੇ ਹਾਂ ਕਿ ਤੁਸੀਂ ਕੀ ਕਹਿ ਰਹੇ ਹੋ। ਤੁਹਾਡੀ ਆਵਾਜ਼ ਕਲੀਅਰਲੀ ਨਹੀਂ ਸੁਣ ਸਕਦੇ ਹਾਂ, ਫਿਰ ਤੁਹਾਡਾ ਜਵਾਬ ਹੀ ਨਹੀਂ ਦੇ ਸਕਦੇ ਹਾਂ। ਇਸ ਦਾ ਰਿਜ਼ਲਟ ਇਹ ਹੁੰਦਾ ਕਿ ਤੁਹਾਡੀ ਕਾਲ ਡਿਸਕਨੈਕਟ ਹੋ ਜਾਂਦੀ ਹੈ। ਇਸ ਵਜ੍ਹਾ ਦੇ ਨਾਲ ਤੁਸੀਂ ਅਗਰ ਫੋਨ ਕਰੋ ਤਾਂ ਪਲੀਜ਼ ਜਿਹੜੀ ਬੈਕਗਰਾਊਂਡ ਦੇ ਟੀ ਵੀ ਦੀ ਆਵਾਜ਼ ਉਸਨੂੰ ਥੋੜ੍ਹੀ ਜਿਹੀ ਘੱਟ ਕਰ ਦਿਓ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ। ਜੀ ਹੈਲੋ। ਜੀ ਜੀ, ਤੁਸੀਂ ਗੱਲ ਕਰੋ ਜੀ। ਹਾਂਜੀ ਜੀ, ਹੈਲੋ। ਜੀ ਬਿਲਕੁਲ, ਤੁਸੀਂ ਗੱਲ ਕਰੋ ਜੀ, ਆਉਂਦੇ ਰਹੇ ਹੋ ਤੁਸੀਂ ਜੀ। ਹੈਲੋ ਜੀ, ਹਾਂ, ਤੁਸੀਂ ਟੈਲੀਫੋਨ ਤੇ ਗੱਲ ਕਰੋ ਪਲੀਜ਼, ਟੈਲੀਫੋਨ ਤੇ ਗੱਲ ਕਰੋ। ਹਾਂਜੀ ਜੀ, ਕੀ ਪੁੱਛਣਾ ਚਾਹੁੰਦੇ ਹੋ? ਜੀ ਹਾਂ, ਤੁਸੀਂ ਗੱਲ ਕਰੋ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਅਮਰੀਕਾ ਲੈਣਾ ਸੀਗਾ ਜੀ, ਤਾਂ ਤੁਸੀਂ ਕੀ ਜੀ ਕੀ ਕਰਨਾ ਚਾਹੁੰਦੇ ਹੋ? ਅਮਰੀਕਾ ਜਾਣ ਦਾ ਵੀਜ਼ਾ ਲੈਣਾ ਪੈਂਦਾ ਜੀ। ਹਾਂ, ਉਸੇ ਵੇਲੇ ਅਪਰੂਵਲ ਦੇ ਦੇਣਗੇ। ਅਗਰ ਕਿਸੇ ਵਜ੍ਹਾ ਦੇ ਨਾਲ ਤੁਹਾਡਾ ਕੋਈ ਕ੍ਰਿਮੀਨਲ ਪ੍ਰੋਗਰਾਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ, ਤੁਹਾਨੂੰ ਅਗਰ ਨਾ ਹੋ ਜਾਏ, ਲੇਕਿਨ ਆਮ ਤੌਰ ਪਰ ਹੁੰਦਾ ਨਹੀਂ ਹੈ, ਸਾਰਿਆਂ ਨੂੰ ਮਿਲ ਜਾਂਦਾ, ਅਗਰ ਕਿਸੇ ਵਜ੍ਹਾ ਦੇ ਨਾਲ ਨਾ ਹੋ ਜਾਏ, ਫਿਰ ਇਸ ਦਾ ਆਲਟਰਨੇਟਿਵ ਇਹ ਹੈ ਕਿ ਤੁਸੀਂ ਬ੍ਰਿਟਿਸ਼ ਐਮਬੈਸੀ, ਅਮੈਰੀਕਨ ਐਮਬੈਸੀ ਨੂੰ ਅਪਲਾਈ ਕਰੋਗੇ, ਉਹ ਤੁਹਾਨੂੰ ਵੀਜ਼ਾ ਦੇ ਦੇਣਗੇ। ਆਮ ਤੌਰ ਪਰ 5 ਸਾਲ ਦਾ ਵੀਜ਼ਾ ਈਜ਼ੀਲੀ ਦੇ ਦਿੰਦੇ ਨੇ, ਬ੍ਰਿਟਿਸ਼ ਨੈਸ਼ਨਲ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ, ਤਾਂ ਲੇਕਿਨ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੇ। ਅਗਲੇ ਕਾਲਰ ਵੱਲ ਜੀ। ਜੀ ਤੁਸੀਂ ਟੈਲੀਫੋਨ 'ਤੇ ਗੱਲ ਕਰੋ ਜੀ। ਹੈਲੋ ਜੀ, ਹਾਂਜੀ
ਜੀ ਕੀ ਪਤਾ ਕਰਨਾ ਚਾਹੁੰਦੇ ਹੋ ਜੀ? ਹਾਂਜੀ ਮੈਂ ਆਪਣੇ ਮਾਮੇ ਨੂੰ ਇੱਥੇ ਬੁਲਾਉਣਾ ਚਾਹੁੰਦੀ ਹਾਂ, 80+ ਹਨ ਲੇਕਿਨ ਉਹ ਹੁਣ ਬਿਮਾਰ ਰਹਿੰਦੇ ਨੇ ਤੇ ਉਹਨਾਂ ਨੂੰ ਵੀ ਸਹੀ ਰੱਖਣ ਲਈ ਮਿਲ ਜਾਂਦੇ ਆ ਕਿਸੇ ਮੈਡੀਕਲ ਉਹਨਾਂ ਨੇ ਐਨਐਚਐਸ ਦੇ ਥਰੂ ਹੋਏਗਾ, ਮੈਂ ਉਹਨਾਂ ਨੂੰ ਬੁਲਾਉਣਾ ਚਾਹੁੰਦੀ ਹਾਂ ਦੂਸਰੀ ਤਰੀਕੇ ਤੋਂ। ਤਾਂ ਮੰਮੀ ਦੀ ਏਜ ਕਿੰਨੀ ਹੈ? 80+ ਹੈ ਜੀ। ਕਿੰਨੀ? 80 ਜੀ। ਤੁਹਾਡੀ ਕਾਲ ਦਾ ਸ਼ੁਕਰੀਆ। ਅਸਲ 'ਚ ਡਿਪੈਂਡੈਂਟ ਵੀਜ਼ਾ ਦਾ ਕਾਨੂੰਨ ਖਤਮ ਹੋ ਗਿਆ ਸੀ, ਹੁਣ ਉਹ ਕਿਸੇ ਬੰਦੇ ਨੂੰ ਡਿਪੈਂਡੈਂਟ ਵੀਜ਼ਾ ਨਹੀਂ ਦਿੰਦੇ ਨੇ, ਲੇਕਿਨ ਅਗਰ ਤੁਸੀਂ ਆਪਣੀ ਮਾਤਾ ਜੀ ਨੂੰ ਐਜ਼ ਏ ਵਿਜ਼ਟਰ ਯੂਕੇ ਬੁਲਾ ਲਿਓ ਤਾਂ ਯੂਕੇ ਦੇ ਵਿੱਚ ਜਦੋਂ ਆ ਜਾਣ ਤਦੋਂ ਫਿਰ ਕਿਸੇ ਵਕੀਲ ਤੋਂ ਐਡਵਾਈਸ ਲੈ ਲੈਣੀ ਕਿ ਤੁਸੀਂ ਕੀ ਕਰ ਸਕਦੇ ਹੋ, ਤਾਂ ਉਹਨਾਂ ਨੂੰ ਸਪਾਂਸਰਸ਼ਿਪ ਜਾਂ ਰਾਜਦਾਰੀ ਭੇਜ ਕੇ ਵਿਜ਼ਟਰ ਵੀਜ਼ੇ 'ਤੇ ਅਪਲਾਈ ਕਰ ਸਕਦੇ ਹੋ। ਜਦੋਂ ਆ ਜਾਣ ਫਿਰ ਕਿਸੇ ਵਕੀਲ ਨੂੰ ਮਿਲ ਕੇ ਉਹਨਾਂ ਤੋਂ ਐਡਵਾਈਸ ਲੈ ਲੈਣੀ ਕਿ ਤੁਸੀਂ ਨੈਕਸਟ ਕੀ ਕਰੋ। ਕਾਲ ਦਾ ਸ਼ੁਕਰੀਆ, ਵਧੇ ਅਗਲੇ ਕਾਲਰ ਵੱਲ। ਜੀ ਹੈਲੋ ਜੀ, ਮਲਕ ਸਾਹਿਬ ਪਤਾ ਕਰਨਾ ਸੀ ਅਗਰ ਰਜਿਸਟਰ ਬੰਦੇ ਕੀ ਮੰਗਾਉਣਾ ਚਾਹੋ ਤੇ ਪਾਕਿਸਤਾਨ ਇੰਗਲੈਂਡ ਵਿੱਚ ਕਿਤਨੇ ਕੁ ਪਰਸੈਂਟ ਅਕਾਊਂਟ ਵਿੱਚ ਰੱਖੇ ਹੋਣੇ ਚਾਹੀਦੇ ਨੇ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਇਸ ਦੇ ਵਿੱਚ ਕੋਈ ਫਿਕਸ ਨਹੀਂ ਹੈ ਕਿ ਤੁਹਾਡੇ ਕੋਲ 20,000 ਜਾਂ 30,000 ਪਾਉਂਡ ਹੋਣ, ਸਿਰਫ ਤੁਹਾਡਾ ਅਕਾਊਂਟ ਹੈਲਥੀ ਹੋਣਾ ਚਾਹੀਦਾ, ਯਾਨੀ ਹਰ ਵੇਲੇ ਉਸੀ 2-3,000 ਪਾਉਂਡ ਬੈਲੈਂਸ ਰਹਿਣਾ ਚਾਹੀਦਾ, ਜਿਸ ਤੋਂ ਪਤਾ ਚੱਲੇ ਕਿ ਤੁਸੀਂ ਉਹਨਾਂ ਦੇ ਟ੍ਰਿਪ ਨੂੰ ਅਫੋਰਡ ਕਰ ਸਕਦੇ ਹੋ। ਅਗਰ ਤੁਹਾਡੇ ਕੋਲ 2-3,000 ਪਾਉਂਡ ਤੁਹਾਡੇ ਬੈਂਕ 'ਚ ਆਲ ਦਾ ਟਾਈਮ ਬੈਲੈਂਸ ਹੈ, ਉਹ ਹੈਲਥੀ ਅਕਾਊਂਟ ਮੰਨਿਆ ਜਾਣਾ, ਤੁਸੀਂ ਉਹਨਾਂ ਨੂੰ ਬੁਲਾ ਸਕਦੇ ਹੋ, ਲੇਕਿਨ ਕੋਈ ਫਿਕਸ ਨਹੀਂ ਹੈ ਕਿ ਤੁਹਾਡੇ ਕੋਲ 5,000 ਹੋਏਗਾ ਫਿਰ ਬੁਲਾਓਗੇ, ਇਸ ਤਰ੍ਹਾਂ ਦਾ ਕੋਈ ਅਕਾਊਂਟ ਨਹੀਂ ਹੈ, ਸਿਰਫ ਹੈਲਥੀ ਅਕਾਊਂਟ ਹੋਣਾ ਚਾਹੀਦਾ, ਜਿਸ ਤੋਂ ਪਤਾ ਚੱਲੇ ਕਿ ਅਗਰ ਉਹ ਯੂਕੇ ਦੇ ਵਿੱਚ ਆਉਣ ਤਾਂ ਤੁਸੀਂ ਉਹਨਾਂ ਦਾ ਖਰਚਾ ਚਲਾ ਸਕੋਗੇ। ਕਾਲ ਦਾ ਸ਼ੁਕਰੀਆ, ਵਧੇ ਆ ਨੈਕਸਟ ਕਾਲਰ ਵੱਲ। ਜੀ ਜੀ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਅਗਰ ਅਸੀਂ 10 ਸਾਲ ਦੇ ਰੋਡ ਤੇ ਹੈਗੇ ਆ ਤੇ ਮੇਰੀ ਇੱਕ ਬੱਚੀ ਇੰਡੀਆ ਹੈ ਤੇ ਉਹਨੂੰ ਮੈਂ ਬੁਲਾ ਸਕਦਾ? ਉਸਦੀ ਏਜ ਕਿੰਨੀ ਹੈ? ਕੋਈ 11-12 ਸਾਲ ਦੀ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਤੁਸੀਂ ਉਸਦੀ ਐਪਲੀਕੇਸ਼ਨ ਪਾ ਸਕੋਗੇ, ਲੇਕਿਨ ਉਹ ਐਪਲੀਕੇਸ਼ਨ ਇਮੀਗ੍ਰੇਸ਼ਨ ਵਾਲੇ ਉੱਥੋਂ ਨਾ ਕਰ ਦੇਣਗੇ, ਉਹ ਕਹਿਣਗੇ ਜੀ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ, ਤੇ ਜਦੋਂ ਉਹ ਨਾ ਕਰਨਗੇ ਤਾਂ ਤੁਸੀਂ ਉਸਨੂੰ ਅੱਗੇ ਅਪੀਲ ਕਰ ਸਕੋਗੇ, ਕਿਉਂਕਿ ਤੁਹਾਨੂੰ ਅਪੀਲ ਦਾ ਰਾਈਟ ਮਿਲੇਗਾ। ਜਦੋਂ ਅਪੀਲ ਕਰੋਗੇ ਤਦੋਂ ਫਿਰ ਤੁਸੀਂ ਇਸ ਕੇਸ ਨੂੰ ਜੱਜ ਦੇ ਕੋਲ ਲਿਜਾਓਗੇ, ਜੱਜ ਅਗਰ ਸਮਝੇਗਾ ਕਿ ਤੁਸੀਂ ਹਿਊਮਨ ਰਾਈਟਸ ਦੇ ਵਿੱਚ ਆਉਂਦੇ ਹੋ, ਉਹ ਤੁਹਾਡਾ ਕੇਸ ਹਾਂ ਕਰ ਸਕੇਗਾ। ਪਹਿਲੇ ਸਟੇਜ 'ਤੇ ਨਾ ਹੋਣੇ ਦੇ ਚਾਂਸਿਸ ਨੇ, ਦੂਸਰੇ ਸਟੇਜ ਦੇ ਫਿਰ ਅੱਗੇ ਜੱਜ ਦੀ ਮਰਜ਼ੀ ਹੈ, ਲੇਕਿਨ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ ਅਤੇ ਐਪਲੀਕੇਸ਼ਨ ਪਾ ਕੇ ਟਰਾਈ ਕਰਕੇ ਵੇਖੋ। ਚੁੱਕੇ ਬਾਅਦ ਜਦੋਂ ਇਸ ਤਰ੍ਹਾਂ ਦੇ ਕੇਸਿਸ ਕੋਰਟ ਦੇ ਵਿੱਚ ਜਾਂਦੇ ਨੇ, ਜੱਜ ਤੁਹਾਡੇ ਹਿਊਮਨ ਰਾਈਟਸ ਵੇਖ ਕੇ ਤੁਹਾਨੂੰ ਅਪੀਲ ਅਲਾਓ ਕਰ ਦਿੰਦੇ ਨੇ, ਤਾਂ ਬਹਰਹਾਲ ਵਰਥ ਹੈ ਕਿ ਤੁਸੀਂ ਟਰਾਈ ਕਰਕੇ ਵੇਖ ਲਿਓ। ਤੁਹਾਡੀ ਕਾਲ ਦਾ ਸ਼ੁਕਰੀਆ, ਵਧਦੇ ਆ ਅਗਲੇ ਕਾਲਰ ਵੱਲ। ਜੀ ਜੀ ਤੁਸੀਂ ਗੱਲ ਕਰੋ ਜੀ। ਹੈਲੋ ਵਕੀਲ ਸਾਹਿਬ ਜੀ, ਮੇਰੀ ਵਾਈਫ ਇੰਡੀਆ ਤੋਂ ਕੋਈ 50 ਸਾਲ ਪਹਿਲਾਂ ਇੱਥੇ ਸ਼ਾਦੀ ਲਈ ਆਈ ਸੀ। ਠੀਕ ਹੈ। ਉਹਦੇ ਕੋਲ ਇੰਡੀਅਨ ਪਾਸਪੋਰਟ ਹੈ ਅਤੇ ਇਸ ਦੇ ਪਾਸਪੋਰਟ 'ਤੇ ਇਨਡੈਫੀਨਿਟ ਸਟੇ ਦੀ ਸਟੈਂਪ ਲੱਗੀ ਹੋਈ ਹੈ। ਅਸੀਂ ਇਹ ਪਾਸਪੋਰਟ ਨਾਲ ਲੈ ਜਾਂਦੇ ਹਾਂ, ਨਾ ਹਾਲੇ ਤਾਂ ਕੋਈ ਪ੍ਰੋਬਲਮ ਕਦੀ ਨਹੀਂ ਆਈ, ਅਸੀਂ ਇਨਡੈਫੀਨਿਟ ਸਟੇ ਵਾਲਾ ਸਫ਼ਾ ਦਿਖਾ ਦਿੰਦੇ ਹਾਂ। ਇਸੇ ਤਰ੍ਹਾਂ ਚੱਲੀ ਜਾਏਗਾ ਜਾਂ ਜਦੋਂ ਵਾਈਫ ਨਵਾਂ ਪਾਸਪੋਰਟ ਬਣਾਏ ਉਦੋਂ ਕੁਝ ਹੋਰ ਕਰਨਾ ਪਵੇਗਾ? ਉਹਦਾ ਇੰਡੀਅਨ ਪਾਸਪੋਰਟ 2018 ਵਿੱਚ ਐਕਸਪਾਇਰ ਹੋ ਜਾਣਾ ਹੈ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਹੁਣ ਸਿਲਸਿਲਾ ਚੇਂਜ ਹੋ ਗਿਆ, ਪਹਿਲੇ ਉਹ ਤੁਹਾਡੇ ਪਾਸਪੋਰਟ ਦੇ ਉੱਪਰ ਸਟੈਂਪ ਲੱਗੀ ਦਿੱਤੀ ਸੀ, ਉਸ ਤੋਂ ਬਾਅਦ ਸਟੀਕਰ ਲੱਗਦਾ ਸੀ, ਉਹ ਕਾਨੂੰਨ ਖਤਮ ਹੋ ਗਿਆ। ਹੁਣ ਉਹਨੇ ਨਵਾਂ ਬਾਇਓਮੈਟ੍ਰਿਕਸ ਕਾਰਡ ਕੱਢਿਆ ਹੈ ਕਿ ਹਰ ਬੰਦੇ ਨੂੰ ਹੁਣ ਕਾਰਡ ਬਣਵਾਉਣਾ ਪਏਗਾ, ਬਾਇਓਮੈਟ੍ਰਿਕਸ ਕਾਰਡ। ਲੇਕਿਨ ਚੂੰਕਿ ਤੁਹਾਡਾ ਨਾ ਉਹਨਾਂ ਦਾ ਪਾਸਪੋਰਟ ਖਤਮ ਹੋ ਰਿਹਾ 18 ਦੇ ਵਿੱਚ, ਅਗਰ ਤਾਂ ਇਸ ਪਾਸਪੋਰਟ 'ਤੇ ਕੋਈ ਸਟੀਕਰ ਨਹੀਂ ਲਗਾਇਆ ਜਾਂ ਕੋਈ ਸਟੈਂਪ ਨਹੀਂ ਲੱਗੀ ਹੈ, ਫਿਰ ਤੁਸੀਂ ਹੁਣ ਬਣਵਾ ਸਕਦੇ ਹੋ ਆਪਦਾ ਜਿਹੜਾ ਕਾਰਡ ਬਣਵਾ ਸਕਦੇ ਹੋ, ਉਹ ਤੁਹਾਨੂੰ 10 ਈਅਰ ਤੱਕ ਵੈਲਿਡ ਲੇਗਾ। ਲੇਕਿਨ ਅਗਰ ਇਹ ਜਿਹੜਾ ਤੁਹਾਡੇ ਕੋਲ ਐਗਜ਼ਿਸਟਿੰਗ ਪਾਸਪੋਰਟ ਹੈ ਇਸ 'ਤੇ ਉੱਪਰ ਅਗਰ ਸਟੀਕਰ ਲਗਾ ਤਾਂ ਫਿਰ ਤੁਸੀਂ ਨਵੇਂ ਪਾਸਪੋਰਟ ਤੱਕ ਵੇਟ ਕਰ ਸਕਦੇ ਹੋ। ਲੇਕਿਨ ਸਟੈਂਪ ਜਿਹੜੀ ਤੁਸੀਂ ਗੱਲ ਕਹੀ ਹੈ, ਇਸ ਤੋਂ ਮੈਂ ਲੱਗਿਆ ਹੈ ਕਿ ਤੁਹਾਡੇ ਇਸ ਪਾਸਪੋਰਟ 'ਤੇ ਕੋਈ ਸਟੀਕਰ ਜਾਂ ਸਟੈਂਪ ਨਹੀਂ ਹੈ, ਤਾਂ ਇਸ ਕਾਲ ਦਾ ਸ਼ੁਕਰੀਆ। ਇਸੇ ਦੇ ਨਾਲ ਟਾਈਮ ਹੋਇਆ ਇੱਕ ਬ੍ਰੇਕ ਦਾ, ਤੁਸੀਂ TV ਵੇਖਦੇ ਰਹੋ, ਬ੍ਰੇਕ ਤੋਂ ਉਸ ਪਾਰ ਤੁਹਾਨੂੰ ਫਿਰ ਮਿਲਦੇ ਹਾਂ, ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਵੈਲਕਮ ਬੈਕ ਟੂ ਦ ਸ਼ੋ। ਅਸੀਂ ਕਾਲ ਦਾ ਸਿਲਸਿਲਾ ਉੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਬ੍ਰੇਕ ਤੋਂ ਪਹਿਲੇ ਖਤਮ ਹੋਏ ਸੀ, ਵੱਧਦੇ ਹਾਂ ਅਗਲੇ ਕਾਲਰ ਵੱਲ। ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਕਿਸੇ ਨੂੰ ਪੁੱਛਣਾ ਹੈ ਜਿੱਦਾਂ ਜਿਹੜਾ ਰੈਜੀਡੈਂਸ ਕਾਰਡ ਹੈ ਪਰਮਾਨੈਂਟ, ਜਿੱਦਾਂ ਮੈਂ ਯੂਰਪ ਤੋਂ ਆਇਆ। ਠੀਕ ਹੈ। ਉਹਦੀ ਫੀਸ ਕਿੰਨੀ ਆ? ਤੇ ਇੱਕ ਜਿੱਦਾਂ ਆਪਾਂ ਇੰਡੀਆ ਜਾਣਾ ਹੈ ਤੇ ਜਿਹੜਾ ਟੈਂਪਰੇਰੀ ਜਿਹੜਾ ਬਣਿਆ 5 ਸਾਲ ਦਾ ਕਾਰਡ ਦਾ ਰੈਜੀਡੈਂਸ ਕਾਰਡ, ਉਹ ਜ਼ਰੂਰੀ ਹੈ ਇੰਡੀਆ ਲਿਜਾਣਾ ਕਿ ਜਾਂ ਉਸ ਤੋਂ ਬਿਨਾਂ ਚੱਲ ਜਾਵੇ ਗੱਡੀ? ਕਿਉਂਕਿ ਮੈਂ ਉਹ ਕਰਨਾ ਨਾ ਅਪਲਾਈ ਤੇ ਪਰਮਾਨੈਂਟ ਰੈਜੀਡੈਂਸ ਕਾਰਡ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਪਹਿਲੀ ਗੱਲ ਕਿ ਪਰਮਨੈਂਟ ਰੈਜੀਡੈਂਟ ਕਾਰਡ ਦੀ ਜਿਹੜੀ ਫੀ ਹੈ ਉਹ 65 ਪਾਉਂਡ ਹੈ, ਤੁਸੀਂ 65 ਪਾਉਂਡ ਪੇ ਕਰਕੇ ਐਪਲੀਕੇਸ਼ਨ ਪਾ ਸਕਦੇ ਹੋ। ਸੈਕਿੰਡ ਤੇ ਕਿ ਤੁਹਾਨੂੰ ਰੈਜੀਡੈਂਟ ਕਾਰਡ ਇੰਡੀਆ ਲੈ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਵਾਪਸ UK ਆਓਗੇ ਤਾਂ ਤੁਸੀਂ ਆ ਸਕੋਗੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ, ਉਹ ਲੈ ਜਾਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਤਾਂ ਤੁਹਾਡੇ ਕੋਲ ਅਗਰ ਪਾਸਪੋਰਟ 'ਤੇ ਇੰਡੀਆ ਦਾ ਵੀਜ਼ਾ ਲੱਗਾ ਜਾਂ ਤੁਹਾਡੇ ਕੋਲ ਅਗਰ
OCI कार्ड है उस ते तुसी जा सकोगे इंडिया ते तुहानू रेजिडेंट परमिट लै जाने की लोड़ नहीं होगी। कॉल का शुक्रिया वध्या। अगले कॉलर वाल जी जी मलिक साहब मेरे को डिस्कशन रही मेरी खत्म हो रही नवंबर नू ना 22 नवंबर मैं पूछना चाह रहा था कदों तक मैं लास्ट ट्रैवल कर सकता ਤੁਹਾਡਾ ਪਾਸਪੋਰਟ ਅਜੇ ਵੈਲਿਡ ਹੈ? ਜੀ ਜੀ ਪਾਸਪੋਰਟ ਮੇਰਾ ਤੇ ਮੈਂ ਹਲੇ ਉਹਨੇ ਰਿਨਿਊ ਕਰਵਾਇਆ ਉਹ ਅਜੇ ਤਾਂ ਠਹਿਰ ਨਹੀਂ ਇਹਦਾ ਹੈਗਾ ਲੇਕਿਨ ਡਿਸਕ੍ਰਿਪਸ਼ਨ ਲਈ ਮੈਂ ਰਿਨਿਊਅਲ ਲਈ ਵੀ ਭੇਜਣੀ ਹੈ ਲੇਕਿਨ ਮੇਰਾ ਖਿਆਲ ਹੈ ਕਿ ਮੈਂ ਟਰੈਵਲ ਪੁੱਛਿਆ ਸੀ ਕਿ ਕਦੋਂ ਤੱਕ ਲਾਸਟ ਹੋਰ ਕਦੋਂ ਤੱਕ ਮੈਂ ਰਿਨਿਊਅਲ ਲਈ ਭੇਜਾਂ? ਢਾਈ ਸਾਲ ਦੀ ਜਾਂ 3 ਸਾਲ ਦੀ? ਮੇਰਾ 30 ਮਹੀਨੇ ਦੀ ਜਿਹੜੀ ਹੋਣੀ ਠੀਕ ਮੰਥ ਤੇ ਪਹਿਲੀ ਵਾਰੀ ਕਦੋਂ ਲੱਗੀ ਸੀ? ਪਹਿਲੀ ਵਾਰੀ ਤਾਂ 6 ਮਹੀਨੇ ਦੀ ਦਿੱਤੀ ਫਿਰ ਉਹਨਾਂ ਨੇ 30 ਮੰਥ ਦੇ ਦਿੱਤੇ ਹੁਣ ਸੈਕਿੰਡ ਹੁਣ ਥਰਡ ਜਾਏਗੀ। ਠੀਕ ਹੈ ਜੀ ਤੁਹਾਡੀ ਕਾਲ ਜੀ ਮੈਂ ਸਮਝ ਗਿਆ ਜੀ ਫਿਰ ਇਹਨਾਂ ਨੇ 23 ਮਹੀਨੇ ਦੀ ਦਿੱਤੀ ਬ੍ਰਿਟਿਸ਼ ਗੌਰਮੈਂਟ ਨੂੰ ਉਸਤੇ ਕੋਈ ਇਤਰਾਜ਼ ਨਹੀਂ। ਅਗਰ ਤੁਸੀਂ ਬਾਹਰ ਜਾਂਦੇ ਹੋ ਵੀਜ਼ਾ ਖਤਮ ਹੋਣ ਤੋਂ 1 ਜਾਂ 2 ਦਿਨ ਪਹਿਲੇ ਵੀ ਆ ਜਾਓ ਤੇ ਤੁਸੀਂ ਆ ਜਾ ਸਕਦੇ ਹੋ। ਵੀਜ਼ਾ ਖਤਮ ਹੋਣ ਤੋਂ ਪਹਿਲੇ ਵਾਪਸ ਆ ਕੇ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ। ਬ੍ਰਿਟਿਸ਼ ਗੌਰਮੈਂਟ ਵਾਲੇ ਨੂੰ ਕੋਈ ਇਤਰਾਜ਼ ਨਹੀਂ, ਐਨੀ ਟਾਈਮ ਤੁਸੀਂ ਟਰੈਵਲ ਕਰ ਸਕਦੇ ਹੋ ਤੇ ਵਾਪਸ ਵੀ ਆ ਸਕਦੇ ਹੋ ਜਦੋਂ ਤੱਕ ਤੁਹਾਡੇ ਕੋਲ ਲੀਵ ਮੌਜੂਦ ਹੈ। ਉਸ ਵਿੱਚ ਕੋਈ ਟਾਈਮ ਫਰੇਮ ਨਹੀਂ ਹੈ, ਲੇਕਿਨ ਵੀਕ ਲੀਵ ਖਤਮ ਹੋਣ ਤੋਂ ਪਹਿਲੇ ਆ ਜਾਣਾ 1 ਜਾਂ 2 ਦਿਨ ਪਹਿਲੇ ਤੇ ਤੁਸੀਂ ਆ ਕੇ ਤਾਂ ਕਿ ਐਪਲੀਕੇਸ਼ਨ ਪਾ ਸਕੋ। ਕੱਲ ਦਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵਾਲ ਜੀ ਹੈਲੋ ਜੀ ਹੈਲੋ ਮਲਿਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਲਿਕ ਸਾਹਿਬ ਮੇਰੇ ਕੋਲ ਨਾ ਇੰਡੀਅਨ ਪਾਸਪੋਰਟ ਹੈਗਾ ਤੇ ਇਸ ਦਾ ਇਨਡੈਫੀਨੇਟ ਹੈ। ਠੀਕ ਹੈ ਲੇਕਿਨ ਇੰਡੀਅਨ ਪਾਸਪੋਰਟ ਜਿਹਦਾ 10 ਸਾਲ ਦਾ ਸੀ ਨਾ ਫਿਨਿਸ਼ ਹੋ ਗਿਆ ਤੇ ਮੈਂ ਇਸੇ ਰਿਨਿਊ ਕਰਾ ਲਿਆ। ਠੀਕ ਹੈ ਹੁਣ ਆਂਦੇ ਫਿਰ ਇਨਡੈਫੀਨੇਟ ਟ੍ਰਾਂਸਫਰ ਕਰਨੀ ਪੈਂਦੀ ਜਾਂ ਉਹੀ ਚੱਲੇ ਹੀ ਚੱਲੇ ਵਾਲੀ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ ਉਹ ਸਿਲਸਿਲਾ ਹੁਣ ਖਤਮ ਹੋ ਗਿਆ ਤੇ ਤੁਹਾਨੂੰ ਹੁਣ ਨਵੇਂ ਪਾਸਪੋਰਟ ਤੇ ਸਟੈਂਪ ਨਹੀਂ ਕਰਾਉਣੀ ਪਏਗੀ ਜਾਂ ਸਟਿਕਰ ਨਹੀਂ ਲਗਵਾਉਣਾ ਪਏਗਾ। ਤੁਹਾਨੂੰ ਇੱਕ ਬਾਇਓਮੈਟ੍ਰਿਕਸ ਕਾਰਡ ਲੈਣਾ ਪਏਗਾ 10 ਸਾਲ ਦੇ ਵਾਸਤੇ ਤੇ ਤੁਸੀਂ ਜਿੰਨਾ ਜਲਦੀ ਹੋ ਸਕੇ ਤੇ ਬਾਇਓਮੈਟ੍ਰਿਕਸ ਕਾਰਡ ਲੈ ਲਿਓ। ਉਹ ਤੁਸੀਂ ਡਾਕ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ, ਅਗਰ ਸੈਮ ਡੇ ਅਪਲਾਈ ਕਰਨਾ ਚਾਹੋ ਤਾਂ ਫਿਰ ਸੈਮ ਡੇ ਵੀ ਲੈ ਸਕਦੇ ਹੋ। ਲੇਕਿਨ ਹੁਣ ਤੁਹਾਨੂੰ ਇੱਕ ਕਾਰਡ ਬਣਾਉਣਾ ਪਏਗਾ ਜਿਹੜਾ ਕਿ 10 ਸਾਲ ਤੱਕ ਵੈਲਿਡ ਹੋਏਗਾ। ਉਹ ਜਾਂ ਸਟਿਕਰ ਦਾ ਸਿਲਸਿਲਾ ਖਤਮ ਹੋ ਗਿਆ ਤਾਂ ਕਾਰਡ ਦੇ ਤੁਸੀਂ ਫਿਰ ਟਰੈਵਲ ਕਰ ਸਕੋਗੇ। ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ। ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਅਸੀਂ ਪੁੱਛ ਸਕਦੇ ਹਾਂ ਕੁਛ? ਜੀ ਬਿਲਕੁਲ ਤੁਸੀਂ ਆਨੇ ਰਹੇ ਹੋ, ਪੁੱਛੋ ਜੀ। ਹਾਂਜੀ ਮੇਰੀ ਮੇਰੇ ਘਰ ਵਿਆਹ ਹੋਇਆ ਸੀਗਾ ਤੇ ਮੇਰੇ ਭਰਾ ਨੇ ਐਪਲੀਕੇਸ਼ਨ ਪਾਈ ਆ ਭਜਾਈ ਨੂੰ। ਠੀਕ ਹੈ ਦਸੰਬਰ ਦੀ ਪਾਈ ਹੋਈ ਆ ਤੇ ਹੁਣ ਤੱਕ ਕੋਈ ਵੀ ਜਵਾਬ ਨਹੀਂ ਆਇਆ ਹੋਮ ਆਫਿਸ ਤੋਂ ਇੰਡੀਅਨ ਐਸੀ ਤੋਂ। ਤਾਂ ਤੁਹਾਡਾ ਪਾਈ ਕਿੱਥੇ ਆ? ਇੱਥੇ ਯੂਕੇ ਦੇ ਵਿੱਚ ਹੈ? ਹਾਂਜੀ ਯੂਕੇ ਦੇ ਵਿੱਚ ਆ। ਤੁਸੀਂ ਐਪਲੀਕੇਸ਼ਨ ਕਿੱਥੇ ਪਾਈ ਹੈ? ਪਹਿਲਾਂ ਇੰਡੀਆ ਪਾਈ ਸੀ ਤੇ ਫਿਰ ਉਹਨਾਂ ਨੇ ਕਿਹਾ ਕਿ ਇੱਥੇ ਤਾਂ ਸ਼ੈਫੀਲਡ ਪੇਪਰ ਭੇਜਣੇ ਪੈਣੇ ਆ, ਉੱਥੇ ਵੀ ਭੇਜੇ ਸੀਗੇ। ਤਾਂ ਕਿੰਨਾ ਅਰਸਾ ਹੋ ਗਿਆ? ਦਸੰਬਰ ਦੇ ਪਾਏ ਆ। ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਪਹਿਲੀ ਗੱਲ ਇਹ ਕਿ ਐਪਲੀਕੇਸ਼ਨ ਤੁਸੀਂ ਹੁਣ ਇੰਡੀਆ ਨਹੀਂ ਪਾਉਣੀ ਬਲਕਿ ਇੱਥੇ ਯੂਕੇ ਦੇ ਵਿੱਚ ਪਾਉਣੀ ਹੈ। ਅਗਰ ਤੁਸੀਂ ਪ੍ਰੀਮੀਅਮ ਸਰਵਿਸ ਤੇ ਜਾਓ ਇਸ ਐਪਲੀਕੇਸ਼ਨ ਦਾ ਫੈਸਲਾ 7 ਦਿਨਾਂ ਦੇ ਵਿੱਚ ਹੀ ਹੋ ਸਕਦਾ ਹੈ। ਆਮ ਤੌਰ ਪਰ ਮਹੀਨਾ ਡੇਢ ਮਹੀਨੇ ਤੋਂ ਜ਼ਿਆਦਾ ਨਹੀਂ ਲੱਗਣਾ ਚਾਹੀਦਾ, ਤਾਂ ਪਰ ਕਿੱਥੇ ਨਾ ਕਿਧਰੇ ਕੋਈ ਨਾ ਕੋਈ ਗੜਬੜ ਹੋਈ ਹੈ। ਤਾਂ ਤੁਸੀਂ ਫੋਨ ਕਰਕੇ ਜਾਂ ਈਮੇਲ ਕਰਕੇ ਪਤਾ ਕਰ ਸਕਦੇ ਹੋ ਕਿ ਇਸ ਡਿਲੇ ਕਿਉਂ ਹੋਈ ਹੈ। ਲੇਕਿਨ ਜਦੋਂ ਤੁਸੀਂ ਐਪਲੀਕੇਸ਼ਨ ਪਾਓ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਪ੍ਰੀਮੀਅਮ ਸਰਵਿਸ ਤੇ ਜਾਓ। ਪ੍ਰੀਮੀਅਮ ਸਰਵਿਸ ਤੋਂ ਤੁਹਾਡੀ ਜਿਹੜੀ ਫੀ ਹੈ ਉਹ £551 ਜ਼ਿਆਦਾ ਲੈਂਦੇ ਨੇ, ਲੇਕਿਨ ਵਿਦਇਨ 7 ਡੇਜ਼ ਤੁਹਾਡੇ ਕੇਸ ਦਾ ਫੈਸਲਾ ਕਰ ਦਿੰਦੇ ਨੇ। ਤਾਂ ਬਹਰਹਾਲ ਤੁਸੀਂ ਉਹਨਾਂ ਨੂੰ ਫੋਨ ਵੀ ਕਰ ਸਕਦੇ ਹੋ ਅਤੇ ਈਮੇਲ ਵੀ ਕਰਕੇ ਪੁੱਛੋ ਕਿ ਇਸ ਦੇ ਵਿੱਚ ਡਿਲੇ ਕਿਉਂ ਹੋ ਰਹੀ ਹੈ। ਆਮ ਤੌਰ ਪਰ 5-6 ਵੀਕ ਤੋਂ ਜ਼ਿਆਦਾ ਡਿਲੇ ਨਹੀਂ ਹੋਣੀ ਚਾਹੀਦੀ। ਕੱਲ੍ਹ ਦਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ। ਜੀ ਨਮਸਕਾਰ ਜੀ। ਨਮਸਕਾਰ ਮਲਿਕ ਸਾਹਿਬ ਜੀ। ਨਮਸਕਾਰ। ਮੈਨੇ ਆਪਸੇ ਪੁੱਛਣਾ ਥਾ ਕਿ ਹਮਨੇ ਡਿਸਕ੍ਰਿਪਸ਼ਨਰੀ ਲੀਵ ਕੇ ਲਈ ਅਪਲਾਈ ਕੀਆ ਹੁਆ ਹੈ 6 ਸਾਲ ਬਾਅਦ। ਠੀਕ। ਤੋ 3 ਮਹੀਨੇ ਹੋ ਗਏ ਅਭੀ ਤੱਕ ਉਨਕਾ ਕੋਈ ਜਵਾਬ ਨਹੀਂ ਆਇਆ। ਆਪਕੋ 6 ਸਾਲ ਪੂਰੇ ਹੋ ਗਏ ਥੇ? 6 ਸਾਲ ਪੂਰੇ ਹੋ ਗਏ ਥੇ। ਤੋ ਆਪ ਸੈਮ ਡੇ ਕਿਉਂ ਨਹੀਂ ਗਈ ਥੀ ਪ੍ਰੀਮੀਅਮ ਸਰਵਿਸ ਪੇ? ਪ੍ਰੀਮੀਅਮ ਸਰਵਿਸ ਪੇ ਤੋ ਨਹੀਂ, ਹਮਨੇ ਵੈਸੇ ਅਪਲਾਈ ਕੀਆ ਹੁਆ ਹੈ। ਠੀਕ ਹੈ ਜੀ। ਤੋ ਕਬ ਅਪਲਾਈ ਕੀਆ ਥਾ? 3 ਮਹੀਨੇ ਹੋ ਗਏ। ਤੋ ਬਾਇਓਮੈਟ੍ਰਿਕਸ ਹੋ ਗਏ ਕਿ ਨਹੀਂ? ٹھیک ہے جی آپ کی کال کا شکریہ۔ اس میں آپ کے لیے 2 آپشن موجود تھے۔ پہلا آپشن تھا کہ پریمیم سروس پہ جاتی ہیں اور سیم ڈے جا کر آپ انڈیفینس ڈے لے سکتی تھیں، لیکن آپ نے خود پریمیم سروس پہ نہیں گئی ہیں، خود آپ نے کہا جی مجھے میل میں اسٹے دیا جائے۔ اس میں تقریباً 6-7 مہینے لگ جاتے ہیں۔ تو اگر 3 مہینے ہو گئے ہیں تو اس کا مطلب 3-4 مہینے میں اور بھی لگ جائیں گے۔ لیکن اگر آپ اب بھی چاہیں تو اس کو آپ پریمیم سروس پہ چینج اینی ٹائم کروا سکتی ہیں۔ تو پھر آپ اپائنمنٹ کریں گے اور وہ جائیں گی تو سیم ڈے آپ کو اسٹے دے دیں گے۔ ابھی بھی آپ اس کو چینج کروا سکتی ہیں۔ کال کا شکریہ ودیا۔ اگلے کالر وال جی۔ ہلو ستی کال ملک صاحب جی۔ ستی کال۔ ہاں جی انہوں نے میری کالی تھی نا تے کال ڈراپ ہو گئی تھی۔ جی جی میں پوچھنا سی پرانا پاسپورٹ نا ہن میں جڑا نو پاسپورٹ بنوایا ہے ٹریول نہیں کر سکتی؟
ਜੀ ਨਹੀਂ, ਹੁਣ ਉਹਨੇ ਰੂਲ ਚੇਂਜ ਕਰ ਦਿੱਤਾ। ਅਗਰ ਤਾਂ ਕੋਈ ਇੱਕ ਵਾਰੀ ਐਮਰਜੈਂਸੀ ਵਿੱਚ ਟਰੈਵਲ ਕਰੋ ਤਾਂ ਸ਼ਾਇਦ ਤੁਹਾਨੂੰ ਅਲਾਉ ਕਰ ਦੇਣ, ਲੇਕਿਨ ਉਹਨੇ ਉਹ ਨਵਾਂ ਕਾਨੂੰਨ ਕਰ ਦਿੱਤਾ ਕਿ ਜਿਹੜਾ ਬੰਦਾ ਬਾਹਰ ਜਾਏ ਤਾਂ ਉਸ 'ਤੇ ਜਿਹੜਾ ਉਸ ਦਾ ਅਗਰ ਪਾਸਪੋਰਟ ਖਤਮ ਹੋ ਗਿਆ ਤਾਂ ਉਹ ਬਾਇਓਮੈਟ੍ਰਿਕਸ ਕਾਰਡ ਬਣਾ ਲਿਆ, ਉਸ 'ਤੇ ਤੁਹਾਨੂੰ ਫਿਰ ਕੋਈ ਵਾਪਸੀ 'ਤੇ ਪ੍ਰੋਬਲਮ ਨਹੀਂ ਹੋਏਗੀ। ਤਾਂ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਅਗਰ ਪੁਰਾਣਾ ਪਾਸਪੋਰਟ ਐਕਸਪਾਇਰ ਹੋ ਗਿਆ, ਨਵਾਂ ਪਾਸਪੋਰਟ ਬਣਾ ਲਿੱਤਾ, ਤਾਂ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਬਾਇਓਮੈਟ੍ਰਿਕਸ ਕਾਰਡ ਬਣਵਾ ਲਿਓ, ਫਿਰ ਤੁਹਾਨੂੰ 10 ਸਾਲ ਦੇ ਵਾਸਤੇ ਆਏ ਦਾ ਕੋਈ ਪ੍ਰੋਬਲਮ ਨਹੀਂ ਹੋਏਗੀ। ਕੱਲ੍ਹ ਦਾ ਸ਼ੁਕਰੀਆ ਵਧੀਆ। ਅਗਲੇ ਕਾਲਰ ਵੱਲ ਜੀ। ਜੀ ਵਕੀਲ ਸਾਹਿਬ, ਜੋ ਬਾਇਓਮੈਟ੍ਰਿਕ ਕਾਰਡ ਹੈ ਜੀ, ਇਹ ਕਿੱਥੇ ਅਪਲਾਈ ਕੀਤਾ ਜਾਂਦਾ? ਤਾਂ ਕੋਈ ਐਸਾ ਵੀ ਹੈ ਜਿਹਦੇ ਡੇ ਵਿਜ਼ਿਟ ਕਰਕੇ ਸੇਮ ਡੇ ਮਿਲ ਜਾਏ? ਨਾਲੇ ਇਹਦੀ ਫੀਸ ਕੀ ਹੁੰਦੀ ਹੈ ਜੀ? ਜੀ ਤੁਹਾਡੀ ਕੱਲ੍ਹ ਦਾ ਸ਼ੁਕਰੀਆ। ਪਹਿਲੀ ਗੱਲ ਕਿ ਬਾਇਓਮੈਟ੍ਰਿਕਸ ਅਗਰ ਤੁਹਾਡੇ ਕੋਲ ਇਨਡੈਫਿਨਿਟ ਸਟੇ ਹੈ ਤਾਂ ਤੁਸੀਂ ਕਾਰਡ ਬਣਾਉਣਾ ਚਾਹੁੰਦੇ ਹੋ, ਇਸ ਦੇ ਵਿੱਚ £237 ਫੀ ਹੈ ਅਤੇ ਇੱਕ ਫਾਰਮ ਕੰਪਲੀਟ ਕਰਨਾ ਪੈਂਦਾ, ਉਸਨੂੰ NTL ਕਹਿੰਦੇ ਨੇ। ਅਤੇ ਅਗਰ ਤੁਸੀਂ ਚਾਹੋ ਤਾਂ ਤੁਸੀਂ ਸੈਮ ਡੇ ਵੀ ਇਹ ਜਾ ਕੇ ਕਰਾ ਸਕਦੇ ਹੋ, NTL ਜਿਹੜਾ ਐਪਲੀਕੇਸ਼ਨ ਫਾਰਮ ਹੈ, ਸੈਮ ਡੇ ਵੀ ਕਰਵਾ ਸਕਦੇ ਹੋ, ਜਾਂ ਕਿਸੇ ਵਕੀਲ ਦੇ ਥਰੂ ਅਪਲਾਈ ਕਰਨਾ ਚਾਹੋ ਤਾਂ ਫਿਰ ਵੀ ਅਪਲਾਈ ਕਰ ਸਕਦੇ ਹੋ। ਤੁਹਾਡੀ ਕੱਲ੍ਹ ਦਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵੱਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੇ ਕੇਸ ਡਾਲਾ ਥਾ ਲੈਕਸੀ ਮੈਂ। ਠੀਕ, ਅੱਛਾ ਜੀ। ਮੈਂ 2002 ਮੈਂ ਇੱਧਰ ਆਇਆ ਥਾ। ਠੀਕ ਹੈ। ਅਤੇ ਮੈਨੇ ਦੋ ਤਿੰਨ ਵਾਰ ਅਪੀਲ ਲਾ, ਉਹਨਾਂ ਨੇ ਖਾਰਜ ਕਰ ਦੀ ਅਪੀਲ ਮੇਰਾ। ਅਸਲ ਮੈਂ ਲੈਗੇਸੀ ਮੈਂ ਆਪਣੇ ਕਬ ਕੇਸ ਡਾਲਾ ਥਾ, 9 ਕੇ ਬਾਅਦ ਡਾਲਾ ਹੋਗਾ। 9 ਕੇ ਬਾਅਦ ਡਾਲਾ ਥਾ। ਅੱਛਾ, ਫਿਰ? ਫਿਰ ਉਸਨੇ ਅਭੀ ਮਸੈਨਾ ਤੇ ਵੀ ਜਾ ਤੋਂ 4 ਸਾਲ ਹੋ ਗਏ, 5 ਸਾਲ। ਠੀਕ ਹੈ। ਅਤੇ ਕੇਸ ਤੋਂ ਮੇਰਾ ਆਪਣੇ ਅਭੀ ਫਿਰ ਸੁਰਖਾਲ ਮੈਨੂੰ ਆਪਣੇ ਬ੍ਰਾਂਚ। ਠੀਕ ਹੈ। ਜੀ ਆਪਣੀ ਕਾਲ ਕਾ ਸ਼ੁਕਰੀਆ। ਪਹਿਲੀ ਬਾਤ ਇਹ ਕਿ ਲੈਗੇਸੀ ਕਾ ਐਲਾਨ ਇਹਨਾਂ ਨੇ 2006 ਮੈਂ ਕੀਆ ਥਾ ਕਿ ਜੀ ਜਿਤਨੇ ਲੋਗੋਂ ਨੇ ਅਪਲਾਈ ਕੀਆ ਸਾਰੇ ਹਮੇ ਅਪਲਾਈ ਕਰੇ, ਇਨ ਸਬਕੋ ਹਮ ਸਟੇ ਦੇ ਦੇਂਗੇ, ਜਿਨ ਲੋਗੋਂ ਕੇ ਕੇਸਿਸ ਪੈਂਡਿੰਗ ਹੈ। ਤੋ 6 ਸੇ ਲੇਕਰ 9 ਤੱਕ ਜਿਸ ਜਿਸ ਨੇ ਅਪਲਾਈ ਕੀਆ ਤੋ ਉਸਕੋ ਤੋ ਉਹਨੇ ਸਟੇ ਦੇ ਦਿਆ, ਲੇਕਿਨ 9 ਤੱਕ ਅਗਰ ਕਿਸੀ ਨੇ ਅਪਲਾਈ 9 ਕੇ ਬਾਅਦ ਕੀਆ ਉਨਕੇ ਕੇਸ ਫਿਰ ਅਟਕ ਗਏ, ਤੋ ਆਪਕਾ ਕੇਸ ਵੀ ਅਟਕ ਗਿਆ। ਤੋ ਬਹਰਹਾਲ ਅਬ ਮੁਝੇ ਪਤਾ ਨਹੀਂ ਫਾਈਲ ਕੀ ਕਿਆ ਸਿਚੁਏਸ਼ਨ ਹੈ, ਤੋ ਅਗਰ ਕਿਸੀ ਵਜ੍ਹਾ ਸੇ ਉਹਨਾਂ ਨੇ ਨਾ ਕਰ ਦਿਆ ਫਿਰ ਇਸਕੋ ਆਪ ਕੋਰਟ ਮੇ ਲੈ ਜਾ ਸਕਦੇ ਹੋ। ਤੋ ਅਗਰ ਚੱਲ ਰਿਹਾ ਤੋ ਇਸਕੋ ਚੱਲਨੇ ਦੇ, ਤੋ ਬਹਰਹਾਲ ਆਪ ਦਫ਼ਤਰ ਫੋਨ ਕਰਕੇ ਪਤਾ ਕਰ ਸਕਦੇ ਹੈ ਕਿ ਕੇਸ ਕਹਾਂ ਤੱਕ ਪਹੁੰਚਾ, ਕੋਰਟ ਮੇ ਜਾਏ ਜਾਂ ਕਿ ਅਭੀ ਚੱਲਨੇ ਦੇ ਇਸਕੋ। ਕਾਲ ਕਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵੱਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਸਭ ਪੁੱਛਣਾ ਚਾਹੁੰਦੀ ਸੀ, ਜਿੱਦਾਂ ਅਸੀਂ ਇਟਲੀ ਤੋਂ ਇੱਥੇ ਆਏ ਹਾਂ, ਅਸੀਂ 2015 ਵਿੱਚ ਆਏ ਸੀਗੇ। ਠੀਕ ਹੈ। ਕਿ ਜਿੱਦਾਂ ਹੁਣ ਇੱਥੇ ਦੇ ਨਵੇਂ ਕਾਨੂੰਨ ਆ, ਕਿ ਅਸੀਂ ਇੱਥੇ ਰਹਿ ਸਕਦੇ ਹਾਂ ਜਾਂ ਨਹੀਂ ਰਹਿ ਸਕਦੇ, ਅਸੀਂ ਇੱਥੇ ਆਪਣੀ ਪ੍ਰੋਪਰਟੀ ਲੈ ਸਕਦੇ ਹਾਂ ਜਾਂ ਨਹੀਂ ਲੈ ਸਕਦੇ? ਤਾਂ ਰੈਜ਼ੀਡੈਂਟ ਪਰਮਿਟ ਲੈ ਲਿੱਤਾ ਕਿ ਨਹੀਂ ਲੈ ਲਿੱਤਾ? ਹਾਂਜੀ, ਸਾਡੇ ਕੋਲ ਪਰਮਿਟ। ਹਾਂਜੀ, ਅਸੀਂ 2015 ਵਿੱਚ ਆਏ ਸੀ, ਸਾਡੇ ਕੋਲ ਜਿਹੜਾ ਰੈਜ਼ੀਡੈਂਸ ਕਾਰਡ ਆ ਅਸੀਂ ਉਹ ਵੀ ਸਾਰਾ ਕੁਝ ਅਪਲਾਈ ਕੀਤਾ। ਠੀਕ ਹੈ ਜੀ। ਤਾਂ ਤੁਹਾਨੂੰ ਮਿਲ ਗਿਆ ਕਿ ਨਹੀਂ ਅਜੇ ਮਿਲ ਗਿਆ ਰੈਜ਼ੀਡੈਂਟ ਪਰਮਿਟ? ਹਾਂਜੀ ਹਾਂਜੀ, ਮਿਲ ਗਿਆ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਬਿਲਕੁਲ ਜੀ, ਤੁਸੀਂ ਇੱਥੇ ਰਹਿ ਸਕਦੇ ਹੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। ਅਗਰ UK ਯੂਰਪ ਦੇ ਵਿੱਚੋਂ ਨਿਕਲ ਵੀ ਜਾਣਾ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ, ਕਿਉਂਕਿ ਤੁਹਾਡੇ ਕੋਲ ਆਰਜ਼ੀ ਰੈਜ਼ੀਡੈਂਟ ਪਰਮਿਟ ਮੌਜੂਦ ਹੈ। ਤਾਂ ਤੁਸੀਂ ਅਗਰ ਮਕਾਨ ਲੈਣਾ ਚਾਹੋ, ਪ੍ਰਾਪਰਟੀ ਲੈਣਾ ਚਾਹੋ, ਬਿਲਕੁਲ ਤੁਸੀਂ ਲੈ ਸਕਦੇ ਹੋ, ਕਿਉਂਕਿ ਅਗਰ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਇਹ ਫਿਰ ਤੁਹਾਡਾ ਕੰਟਰੀ ਹੈ, ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ, ਪ੍ਰੋਪਰਟੀ ਤੁਸੀਂ ਲੈ ਸਕਦੇ ਹੋ। ਤਾਂ ਜਦੋਂ ਤੁਹਾਨੂੰ UK ਦੇ 5 ਸਾਲ ਪੂਰੇ ਹੋ ਜਾਣਗੇ ਤਾਂ ਫਿਰ ਤੁਸੀਂ ਪਰਮਨੈਂਟ ਸੈਟਲਮੈਂਟ ਵੀ ਇੱਥੇ ਲੈ ਸਕੋਗੇ। ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵੱਲ ਜੀ। ਹੈਲੋ, ਸਲਾਮ ਅਲੈਕੁਮ। ਵਾਲੇਕੁਮ ਸਲਾਮ। ਮਲਿਕ ਸਾਹਿਬ, ਮੈਨੇ ਪੁੱਛਣਾ ਹੈ ਕਿ ਮੇਰੇ ਪਾਸ ਪਹਿਲੇ ਅਸਾਈਲਮ ਥੀ, ਅਬ ਅਸਾਈਲਮ ਕੇ ਬਾਅਦ ਮੈਨੇ ਨਾ 10-40 ਕੰਟਰੀ ਮੈਂ ਪੂਰੇ ਕਰ ਲਈ, ਉਸਕੇ ਬਾਅਦ ਮੈਨੇ ਇੰਡੈਫੀਨਿਟ ਲੈ ਲਈ ਹੈ। ਇੰਡੈਫੀਨਿਟ ਕੇ ਬਾਅਦ ਮੈਨੇ ਪਾਸਪੋਰਟ ਬਨਵਾਨਾ ਥਾ ਆਪਣਾ ਪਾਕਿਸਤਾਨੀ, ਤੋ ਵੋ ਨਹੀਂ ਬਣ ਰਹਾ, ਵੋ ਕਹਤੇ ਆਪਕਾ ਨਹੀਂ ਬਣ ਸਕਤਾ ਪਾਕਿਸਤਾਨ ਕਾ ਪਾਸਪੋਰਟ। ਤੋ ਮੈਨੇ ਪੁੱਛਣਾ ਥਾ ਅਗਰ ਮੈਂ ਪਾਕਿਸਤਾਨ ਟਰੈਵਲ ਕਰੂੰ ਤੋ ਮੁਝੇ ਕਿਆ ਕਰਨਾ ਚਾਹੀਏ, ਕਿਉਂਕਿ ਇੱਧਰ ਸੇ ਮੈਨੇ ਟਰੈਵਲ ਡਾਕੂਮੈਂਟ ਲੀਏ ਥੇ, ਵੋ ਐਕਸਪਾਇਰ ਹੋ ਗਏ, ਅਬ ਮੁਝੇ ਸਮਝ ਨਹੀਂ ਆ ਰਹੀ। ਬ੍ਰਿਟਿਸ਼ ਪਾਸਪੋਰਟ ਕਿਉਂ ਨਹੀਂ ਲੈਤੀ ਹੈ? ਤੋ ਬ੍ਰਿਟਿਸ਼ ਪਾਸਪੋਰਟ ਕਿਉਂ ਨਹੀਂ ਲੈਤੀ ਹੈ? ਲੇਕਿਨ ਪਾਕਿਸਤਾਨੀ ਅਗਰ ਆਪ ਵਾਕੇ ਪਾਕਿਸਤਾਨੀ ਹੈ ਤੋ ਆਪਣੇ ਪਾਸ ਸ਼ਨਾਖਤੀ ਕਾਰਡ ਹੈ ਤੋ ਆਪਕੋ ਪਾਸਪੋਰਟ ਬਣ ਜਾਣਾ ਚਾਹੀਏ, ਕਿਉਂਕਿ ਆਪਣੇ ਪਾਸ ਇੰਡੈਫੀਨਿਟ ਸਟੇ ਹੈ। ਲੇਕਿਨ ਬਾਜ਼ੂਕਾਤ ਇਹ ਹੋਤਾ ਹੈ ਕਿ ਆਦਮੀ ਜਬ ਆਤਾ ਹੈ ਯਹਾਂ ਅਗਰ ਗਲਤ ਨਾਮ ਗਲਤ ਇਨਫਾਰਮੇਸ਼ਨ ਦੇਤਾ ਹੈ ਔਰ ਇਹ ਜੋ ਡੇਟਾ ਹੈ ਇਹ ਫਿਰ ਉਸਕੇ ਪਾਕਿਸਤਾਨੀ ਡੇਟਾ ਸੇ ਮੈਚ ਨਹੀਂ ਕਰਤਾ, ਫਿਰ ਇਹੀ ਪ੍ਰੋਬਲਮ ਹੋਤੀ ਹੈ ਜੋ ਆਪਕੋ ਹੋਈ ਹੈ। ਤੋ ਬਹਰਹਾਲ ਅਗਰ ਆਪ ਜੈਨੂਅਨ ਪਾਕਿਸਤਾਨੀ, ਆਪਕੇ ਪਾਸ ਸ਼ਨਾਖਤੀ ਕਾਰਡ ਹੈ, ਇੰਡੈਫੀਨਿਟ ਸਟੇ ਹੈ, ਤੋ ਬਿਲਕੁਲ ਆਪ ਪਾਕਿਸਤਾਨੀ ਆਈ ਕਮਿਸ਼ਨ ਮੇ ਚਲੇ ਜਾਏ ਤੋ ਆਪਕੋ ਪਾਸਪੋਰਟ ਬਣਾ ਕੇ ਦੇਣਗੇ। ਦੂਸਰਾ ਫਿਰ ਇਹੀ ਆਪਸ਼ਨ ਹੈ ਕਿ 1 ਸਾਲ ਤੱਕ ਵੇਟ ਕਰੇ, ਸਾਲ ਕੇ ਬਾਅਦ ਫਿਰ ਨੈਸ਼ਨਲਟੀ ਲਈ ਅਪਲਾਈ ਕਰ ਸਕਦੇ ਹੈ। ਕਾਲ ਕਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵੱਲ ਜੀ। ਹੈਲੋ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ ਜੀ। ਹਾਂਜੀ, ਮੈਂ ਪੁੱਛਣਾ ਸੀ ਕਿ ਮੇਰਾ ਜਿੱਦਾਂ ਅਸੀਂ ਵਿਆਹ ਕਰਾਇਆ ਸੀ ਮੈਂ ਇੱਥੇ, 3.5 ਸਾਲ ਹੋ ਗਏ ਆ। ਠੀਕ ਹੈ। ਕੇਸ ਪਾ
ਠੀਕ ਹੈ ਹੁਣ ਅਪੀਲ ਅਜੇ ਤਨੀ ਤਾਂ ਨਹੀਂ ਮਿਲੀ ਹੈਗੀ ਇੱਕ ਸਾਲ ਬਾਅਦ ਮਿਲਣੀ ਠੀਕ ਹੈ ਤੇ ਹੁਣ ਮੈਂ ਪੁੱਛਣਾ ਚਾਹੁੰਦੀ ਹਾਂ ਪ੍ਰੀਮੀਅਰ ਸਰਵਿਸ ਤੇ ਹੁਣ ਜਾ ਸਕਦੀ ਹਾਂ ਤੁਹਾਡੇ ਹਸਬੈਂਡ ਦੀ ਕਿਹੜੀ ਨੈਸ਼ਨੈਲਿਟੀ ਹੈ ਤੁਹਾਡੇ ਹਸਬੈਂਡ ਦੀ ਕਿਹੜੀ ਨੈਸ਼ਨੈਲਿਟੀ ਹੈ ਉਹ ਇੰਡੀਆ ਨੇ ਆ ਉਹ ਕੱਚੇ ਸਿਟੀਜ਼ਨ ਨੇ ਸੀ ਇੱਥੇ ਤਾਂ ਉਹ ਵੀ ਕੱਚੇ ਮੈਂ ਬ੍ਰਿਟਿਸ਼ ਹਾਂ ਅੱਛਾ ਤਾਂ ਉਹਨੇ ਦਾ ਸਟੇ ਨਹੀਂ ਹੋਇਆ ਹੈ ਨਹੀਂ ਨਹੀਂ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਨਹੀਂ ਜੀ ਤੁਸੀਂ ਪ੍ਰੀਮੀਅਮ ਸਰਵਿਸ ਤੇ ਨਹੀਂ ਜਾ ਸਕਦੇ ਹੋ ਕਿਉਂਕਿ ਤੁਹਾਡੀ ਅਪੀਲ ਚੱਲ ਰਹੀ ਹੈ ਦੂਜੀ ਗੱਲ ਇਹ ਕਿ ਉਹ ਲੋਕ ਜਿਹਨੇ ਦੇ ਕੋਲ ਯੂਕੇ ਦੇ ਵਿੱਚ ਸਟੇ ਹੈ ਸਟੂਡੈਂਟ ਵੀਜ਼ਾ ਹੈ ਵਰਕ ਪਰਮਿਟ ਦਾ ਵੀਜ਼ਾ ਹੈ ਕੋਈ ਹੋਰ ਵੀਜ਼ਾ ਉਹਨਾਂ ਦੀ ਵੋਟੀ ਅਗਰ ਬ੍ਰਿਟਿਸ਼ ਹੈ ਤਾਂ ਉਸਦੀ ਇਨਕਮ 18,600 ਤੋਂ ਜ਼ਿਆਦਾ ਹੈ ਉਹ ਪ੍ਰੀਮੀਅਮ ਸਰਵਿਸ ਤੇ ਜਾ ਸਕਦੇ ਨੇ ਲੇਕਿਨ ਚੂੰਕਿ ਤੁਹਾਡੇ ਹਸਬੈਂਡ ਕੋਲ ਵੀਜ਼ਾ ਨਹੀਂ ਸੀ ਜਦੋਂ ਉਹਨੇ ਅਪਲਾਈ ਕੀਤਾ ਇਸ ਵਜ੍ਹਾ ਦੇ ਨਾਲ ਤੁਸੀਂ ਪ੍ਰੀਮੀਅਮ ਸਰਵਿਸ ਤੇ ਨਹੀਂ ਜਾ ਸਕਦੇ ਹੋ ਅਗਰ ਐਪਲੀਕੇਸ਼ਨ ਤੁਹਾਡੀ ਰਿਫਿਊਜ਼ ਹੋ ਗਈ ਹੈ ਹੁਣ ਤੁਹਾਨੂੰ ਅਪੀਲ ਦੇ ਵਿੱਚ ਹੋ ਅਪੀਲ ਦੇ ਵਿੱਚ ਤਕਰੀਬਨ ਇਸ ਵੇਲੇ 1 ਸਾਲ ਲੱਗ ਜਾਂਦਾ ਡੇਟ ਆਉਂਦੇ ਤੇ ਜਦੋਂ ਤੁਹਾਡੀ ਅਪੀਲ ਦੀ ਡੇਟ ਆਏਗੀ ਫਿਰ ਤੁਸੀਂ ਆਪਣਾ ਕੇਸ ਜਾ ਕੇ ਜੱਜ ਨੂੰ ਦੱਸੋਗੇ ਉਹ ਫਿਰ ਤੁਹਾਡੇ ਕੇਸ ਦਾ ਫੈਸਲਾ ਕਰੇਗਾ ਤੇ ਪ੍ਰੀਮੀਅਮ ਸਰਵਿਸ ਤੇ ਤੁਸੀਂ ਨਹੀਂ ਜਾ ਸਕੋਗੇ ਤੁਸੀਂ ਸਿਰਫ ਅਪੀਲ ਦਾ ਵੇਟ ਕਰੋ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਅਗਲੇ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਮਲਕ ਸਾਹਿਬ ਨਾਲ ਗੱਲ ਕਰਨੀ ਸੀ ਜੀ ਬਿਲਕੁਲ ਤੁਸੀਂ ਆਣੇ ਰਹੇ ਹੋ ਗੱਲ ਕਰੋ ਜੀ ਹੈਲੋ ਜੀ ਮੈਂ ਉਹ ਪੁੱਛਣਾ ਸੀਗਾ ਉਹ ਬਾਇਓਮੈਟ੍ਰਿਕ ਕਾਰਡ ਕਿੱਦਾਂ ਅਪਲਾਈ ਕਰੀਦਾ ਜੀ ਤੁਹਾਡੇ ਕੋਲ ਪੱਕਾ ਸਟੇ ਹੈ ਹਾਂਜੀ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਤੁਹਾਨੂੰ ਇੱਕ ਫਾਰਮ ਕੰਪਲੀਟ ਕਰਨਾ ਪੈਂਦਾ ਅਗਰ ਤੁਹਾਡੇ ਕੋਲ ਇੰਡੀਆ ਸਟੇ ਹੈ ਉਸਨੂੰ NTL ਫਾਰਮ ਕਹਿੰਦੇ ਨੇ ਉਹ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹੋ ਉਹ ਕੰਪਲੀਟ ਕਰਕੇ ਤੁਸੀਂ ਅਗਰ ਡਾਕ ਦੇ ਵਿੱਚ ਭੇਜੋ ਤਾਂ ਉਸ ਦੇ ਵਿੱਚ ਉਹ ਤੁਹਾਨੂੰ ਬਾਇਓਮੈਟ੍ਰਿਕ ਕਾਰਡ ਬਣਾ ਕੇ ਦੇ ਦੇਣਗੇ ਲੇਕਿਨ ਤੁਸੀਂ ਅਗਰ ਸੇਮ ਡੇ ਕਰਨਾ ਚਾਹੋ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਤਾਂ ਅਗਰ ਖੁਦ ਨਾ ਕਰਵਾ ਸਕੋ ਤਾਂ ਕਿਸੇ ਵਕੀਲ ਦੇ ਕੋਲ ਚਲੋ ਜਾਓ ਉਹ ਵੀ ਤੁਹਾਨੂੰ ਕਰਵਾ ਕੇ ਦੇ ਦੇਣਗੇ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਅਗਲੇ ਕਾਲਰ ਵਾਲ ਜੀ ਹਾਂਜੀ ਸਰ ਮੈਂ ਪੁੱਛਣਾ ਤਾਂ ਆਪਸੇ ਕਿ ਮੇਰਾ ਨਾ 2014 ਮੇਂ ਜਬ ਟੋਇਟਾ ਰਿਫਿਊਜ਼ ਹੁਆ ਥਾ ਨਾ ਕੇਸ ਠੀਕ ਹੈ ਤੋ ਉਸਕੇ ਬਾਅਦ ਨਾ ਹਮਨੇ ਮੇਰੇ ਵਕੀਲ ਨੇ ਕਿਹਾ ਕਿ ਹਮ ਕੋਰਟ ਮੇਂ ਟਰਮ ਲਗਾ ਲੇਂਗੇ ਤੋ ਕੋਰਟ ਮੇਂ ਜਾ ਕੇ ਲਾਸਟ ਈਅਰ ਲੈਟਰ ਜਾਨੀ ਸੀ ਕੋਰਟ ਮੇਂ ਉਹਨਾਂ ਨੇ ਮੇਰੇ ਪਤਾ ਨਹੀਂ ਪੁਰਾਣੇ ਐਡਰੈਸ ਤੇ ਜਾਂ ਨਏ ਐਡਰੈਸ ਮੇਂ ਲੈਟਰ ਸੈਂਡ ਕਰ ਦੀ ਵਾਪਸ ਪਿਛਲੇ ਸਾਲ ਅਗਸਤ ਮੇਂ ਡਾਲਾ ਥਾ ਮਈ 17 ਮਈ ਕੋ ਔਰ ਉਹਨਾਂ ਨੇ ਵਾਪਸ ਲੈਟਰ ਭੇਜੀ ਕੋਰਟ ਵਾਲੋਂ ਨੇ ਅਗਸਤ ਮੇਂ ਔਰ ਵੋ ਲੈਟਰ ਤੋ ਮੁਝਕੋ ਨਹੀਂ ਮਿਲੀ ਕਿਉਂਕਿ ਪਤਾ ਨਹੀਂ ਉਹਨਾਂ ਨੇ ਮੇਰੇ ਪੁਰਾਣੇ ਐਡਰੈਸ ਤੇ ਭੇਜੀ ਹੈ ਨਹੀਂ ਤੇ ਭੇਜੀ ਹੈ ਉਹ ਕਹਿ ਰਹੇ ਹੈ ਲੇਕਿਨ ਮੁਝਕੋ ਨਹੀਂ ਮਿਲੀ ਔਰ ਦੂਸਰਾ ਇਹ ਹੈ ਕਿ ਹਮਨੇ ਉਨਸੇ ਪੁੱਛਾ ਆਪ ਕਾਲ ਕੀਤੀ ਮੇਰੇ ਵਕੀਲ ਨੇ ਲਾਸਟ ਮੰਥ ਮੇਂ ਤੋ ਉਸਨੇ ਕਿਹਾ ਕਿ ਕੋਰਟ ਵਾਲੋ ਸੇ ਬਾਤ ਕੀ ਵੋ ਕਹਤੇ ਕਿ ਹਮਨੇ ਆਪਕੋ ਲੈਟਰ ਭੇਜੀ ਥੀ ਅਗਸਤ 2016 ਮੇਂ ਲੇਕਿਨ ਹਮਕੋ ਨਹੀਂ ਮਿਲੀ ਅਬ 8-9 ਮਹੀਨੇ ਹੋ ਗਏ ਤੋ ਮੇਰੇ ਵਕੀਲ ਕਹਤੇ ਕਿ ਦੁਬਾਰਾ ਭੇਜ ਦਿੱਤੇ ਲੈਟਰ ਤੋ ਲੈਟਰ ਜੋ ਉਹਨੇ ਦੁਬਾਰਾ ਭੇਜ ਦੀ ਹੈ ਕੋਰਟ ਮੇਂ ਕਹਤੇ ਕਿ ਜੱਜੀ ਰਿਵਿਊ ਮੇਂ ਡਾਲ ਦਿੱਤੇ ਹੈ ਤੋ ਮੁਝਕੋ ਆਪ ਬਤਾਏਂਗੇ ਕਿ ਆਪ ਜੱਜੀ ਰਿਵਿਊ ਕਿਆ ਹੋਤਾ ਹੈ ਤੋ ਉਸਕਾ ਕਿਆ ਜੈਸੇ ਹਮਾਰੇ ਕੇਸ ਕੇ ਸਾਥ ਚਾਲੂ ਹੈ ਔਰ ਦੂਸਰਾ ਹਮ ਸਾਈਲੋ ਪੇ ਜਾ ਰਹੇ ਹੈ 2.5 ਸਾਲ ਹੋ ਗਏ ਮੇਰੇ ਹਸਬੈਂਡ ਵੀ ਜਾ ਰਹੇ ਹਨ ਤਾਂ ਆਪਕੇ ਬੱਚੇ ਵੀ ਹੈ ਹਾਂਜੀ ਮੇਰੇ ਬੱਚੇ ਵੀ ਹੈ ਮੇਰੀ ਬੇਟੀ ਅਗਲੇ ਸਾਲ ਕੋ 7 ਸਾਲ ਕੀ ਹੋਗੀ ਅਭੀ 6 ਕੀ ਹੋ ਰਹੀ ਹੈ ਜੀ ਠੀਕ ਹੈ ਜੀ ਆਪਕੀ ਕਾਲ ਕਾ ਸ਼ੁਕਰੀਆ ਪਹਿਲੀ ਬਾਤ ਇਹ ਹੈ ਕਿ जो कोर्ट वाले हैं जो एड्रेस उनके पास होता है उसी के ऊपर वो चिट्ठी डालते हैं जैसे आप एक एड्रेस के ऊपर रह रही हैं अब अगर आपने आज एड्रेस चेंज किया आज आपने कोर्ट को बता दिया कल अगर वो कोर्ट वाले चिट्ठी भेजेंगे तो जो उनके पास एड्रेस है उसी पर वो चिट्ठी भेजते हैं ये आप अगर मूव होते हैं तो वो कोर्ट वालों को एड्रेस नहीं देते हैं ये आपकी गलती होती है तो कोर्ट वाले अगर पुराने एड्रेस के ऊपर चिट्ठी भेजते हैं तो वो सही भेजते हैं चूँकि आपने उनको एड्रेस दिया ही नहीं उनको खुद तो नहीं पता चलता कि आपका एड्रेस चेंज हो गया है इस वजह से इसमें गलती आप ही की होती है अगर उनको एड्रेस ना दें दूसरी बात यह आप किसी वकील से जाकर मशवरा कर लें कि आपकी अपील है भी कहीं रिफ्यूज़ ना हो गई हो क्योंकि आप साइनों के लिए जाती हैं फिर एनी टाइम वहाँ पर प्रॉब्लम खड़ी हो सकती है तो किसी वकील से अच्छे वकील से जाकर मिलें उनसे एडवाइस लें नेक्स्ट आप क्या कर सकती हैं तो बहरहाल किसी तरीके से जब आपको 7 साल यूके में पूरे हो जाएँ के बच्चे के साथ फिर अप्लाई करें तो फिर आपका यहाँ पर स्टे हो जाएगा कॉल का शुक्रिया वद्या नेक्स्ट कॉलर वाल जी जी उससे कॉल करो जी हाँ जी जी हाँ जी जी क्या पूछना चाहते हो जी ਮੇਰੇ ਕੋਲ ਗ੍ਰੀਨ ਕਾਰਡ ਸੀ ਅਮਰੀਕਾ ਦਾ ਪਹਿਲੇ ਉਹਨਾਂ ਨੇ ਮੈਨੂੰ ਬੈਨ ਕਰ ਦਿੱਤਾ ਟਰੈਵਲ ਕਰਨ ਵਾਸਤੇ ਕੋਈ ਅਪਲਾਈ ਕਰ ਸਕਦੇ ਆਪਾਂ ਤਾਂ ਉਹਨੇ ਬੈਨ ਕਿਉਂ ਕੀਤਾ ਹੈ ਉਹ ਕੁਝ ਓਵਰਸਟੇ ਕੀਤਾ ਸੀ ਜਾਂਦਾ ਨਹੀਂ ਸੀ ਬਾਹਰ ਤੇ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੋ ਗਿਆ ਸੀ ਹਾਂ ਗ੍ਰੀਨ ਕਾਰਡ ਕੈਂਸਲ ਕਰਤਾ ਸੀ ਉਹਨਾਂ ਦੇ ਤਾਂ ਤੁਹਾਡੇ ਕੋਲ ਬੈਨ ਕਰ ਤਾਂ ਜਾ ਨਹੀਂ ਸਕਦਾ ਤੇ ਤੁਹਾਡੇ ਕੋਲ ਬ੍ਰਿਟਿਸ਼ ਪਾਸਪੋਰਟ ਹੈ ਹਾਂਜੀ ਤੁਹਾਡੀ ਕਾਲ ਦਾ ਸ਼ੁਕਰੀਆ ਪਹਿਲੀ ਗੱਲ ਉਹ ਬੈਨ ਨਹੀਂ ਕਰਦੇ ਨੇ ਉਹ ਇਹ ਕਰਦੇ ਨੇ ਕਿ ਅਗਰ ਕੋਈ ਬੰਦਾ ਅਮਰੀਕਾ ਨਾ ਜਾਏ ਤਾਂ ਉਸਦਾ ਗ੍ਰੀਨ ਕਾਰਡ ਕੈਂਸਲ ਕਰ ਦਿੰਦੇ ਨੇ ਜਦੋਂ ਤੁਸੀਂ ਜਾਂਦੇ ਹੋ ਤੁਹਾਡਾ ਗ੍ਰੀਨ ਕਾਰਡ ਕੈਂਸਲ ਕਰ ਦਿੰਦੇ ਨੇ ਬੈਨ ਨਹੀਂ ਕਰਦੇ ਨੇ ਆਮ ਤੌਰ ਪਰ ਤਾਂ ਤੁਸੀਂ ਅਗਰ ਬਹਰਹਾਲ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਅਮਰੀਕਨ ਐਮਬੈਸੀ ਦੇ ਵਿੱਚ ਵੀਜ਼ੇ ਦੇ ਵਾਸਤੇ ਅਪਲਾਈ ਕਰੋ ਉਹ ਤੁਹਾਨੂੰ 5 ਸਾਲ ਦਾ ਜਾਂ 10 ਸਾਲ ਦਾ ਵੀਜ਼ਾ ਲਾ ਕੇ ਦੇ ਦੇਣਗੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਤਾਂ ਤੁਸੀਂ ਅਮਰੀਕਨ ਐਮਬੈਸੀ ਵੀਜ਼ੇ ਦੇ ਵਾਸਤੇ ਅਪਲਾਈ ਕਰ ਸਕਦੇ ਹੋ ਉਹ ਅਪਲਾਈ ਕਰ ਦਿਓ ਤਾਂ ਬਿਹਤਰ ਰਹੇਗਾ ਤੁਹਾਡੀ ਕਾਲ ਦਾ ਸ਼ੁਕਰੀਆ ਵਧੇ ਅਗਲੇ ਕਾਲਰ ਵਾਲ ਜੀ ਹੈਲੋ ਜੀ ਹੈਲੋ ਮਨਸਾ ਮੈਨੇ ਪੁੱਛਣਾ ਤਾਂ ਕਿ ਮੇਰੇ ਹਸਬੈਂਡ ਕੇ ਪੇਪਰ ਮੈਂ ਲਗਾਏ ਹੈ ਜੈਸੇ ਸ਼ਾਦੀ ਕੇ
शादी करा के हमने लगाए हैं ठीक है, तो उन्होंने अभी फीस नहीं काटी हमारी, मैरिज हुई थी 1 अप्रैल को। तो आपका हस्बैंड कहाँ पे है? वो यहाँ पर ही है, जब पैरोगल पे थे तो अभी हमने शादी कर ली। उनका लीगल उनका लीगल स्टेटस क्या है? वो इंडियन है। नहीं तो उनका लीगल स्टेटस क्या, लीगल है यहाँ पे कि नहीं? नहीं लीगल है अभी तो, फिर नहीं है करके हमने शादी जो कर ली है। नहीं उनका शादी करने से पहले अभी उनके पास वीजा था? नो वीजा नहीं था। नहीं तो इलीगल थे? यस। तो फिर आपने अप्लाई किया है, कब अप्लाई किया? हमने जैसे हमें पहले कोर्ट मैच के लिए अप्लाई किया तो उन्होंने परमिशन दे दी कि आप करवा सकते हैं। ठीक है। नहीं तो हम आपको अपने कब अप्लाई किया? अभी 1 अप्रैल को किया था, तो 12वें हमने पेपर भेज दिए, तो अभी 6 वीक हो गए हैं, उन्होंने कोई पैसे नहीं काटे। तो अपने फी किस तरह पे की थी? फीस हमने पेपर पे भेजे हैं लिख के हमारी बैंक की डिटेल, तो पर अभी उन्होंने काटे नहीं है। तो आपको एक्नॉलेजमेंट आ गई है? हाँ जी। आपको उनकी तरफ से चिट्ठी आ गई है कि आपका केस मिल गया है? नहीं चिट्ठी तो कोई आई नहीं, जब हमें दोबारा भेजे हैं पेपर तो किस किसने भेजा, किसी वकील के थ्रू भेजा, खुद ही अप्लाई किया? नहीं वकील के थ्रू भेजे हैं जी। आपकी कॉल का शुक्रिया। पहली बात ये कि आप होम ऑफिस को फोन करके पता कर सकती हैं कि मेरी फी क्यों नहीं काटी है। दूसरी बात ये कि जब आप अप्लाई करती हैं वकील के थ्रू या जैसे भी अप्लाई करते हैं, पहली चीज आपके पास चिट्ठी आ जाती है विद इन ए वीक के अंदर अंदर चिट्ठी आ जाती है कि आपका केस मिल गया। सेकंड चीज वो फौरी तौर पर पैसे ले लेते हैं। लेकिन बात का ये भी होता है कि आप कहते हैं जी मेरे क्रेडिट कार्ड से पैसे निकालें और क्रेडिट कार्ड में आपकी इतनी लिमिट नहीं होती है उस दिन की, तो इस वजह से वो पैसे भी नहीं ले सकते। तो बहरहाल आप होम ऑफिस को फोन करें और फोन करके पता करें कि हमने एप्लीकेशन फलां डेट को भेजी थी, रिकॉर्डेड डिलीवरी का नंबर है, तो हमारे पैसे नहीं कटे, तो आपको बता देंगे उसमें डिले क्यों हुई है। तीसरी बात यह कि आजकल जितनी भी चिट्ठियां आप रिकॉर्डेड डिलीवरी करके रजिस्टर करके भेजती हैं उनका आप इंटरनेट के थ्रू ट्रैक कर सकती हैं कि वहां पे डिलीवर हुई है या नहीं हुई है, वो भी आप चेक कर लें। कॉल का शुक्रिया। वद्दे अगले कॉलर वाल जी, जी आपसे कॉल करो जी। हेलो जी, मुझे मलिक लो से बात कर। जी बिल्कुल, तुसी आने रहे हो जी, क्या पूछना चाहते हो? अभी ये पूछना चाहते हैं ਜਿੱਦਾਂ ਅਸੀਂ ਇਟਾਲੀਅਨ ਸਿਟੀਜਨ ਆ, ਮੇਰੀ ਸਾਰੀ ਫੈਮਿਲੀ, ਮੇਰਾ ਹਸਬੈਂਡ, ਮੇਰੇ ਬੱਚੇ, ਠੀਕ ਹੈ, ਤੇ ਜਿੱਦਾਂ ਵੀ ਮੈਂ ਆਪਣੇ ਮੰਮੀ ਪਾਪਾ ਨੂੰ ਬੁਲਾਉਣਾ ਚਾਹੁੰਦੀ ਆ ਇੰਡੀਆ ਤੋਂ, ਠੀਕ ਹੈ, ਤੇ ਉਹ ਜਿੱਦਾਂ ਉਹਨਾਂ ਨੂੰ ਮੈਂ ਇੱਦਾਂ 1 ਸਾਲ ਹੋ ਗਿਆ ਸਾਨੂੰ ਇੱਥੇ ਯੂਕੇ ਚ ਸ਼ਿਫਟ ਹੋਇਆ ਨੂੰ, ਠੀਕ ਹੈ, ਤੇ ਜਿੱਦਾਂ ਮੇਰੇ ਹਸਬੈਂਡ ਆ ਆਪਣਾ ਪੂਰਾ ਟੈਕਸ ਪੇ ਕਰਦੇ ਆ, ਠੀਕ ਹੈ, ਤੇ ਅਸੀਂ ਰੈਂਟ ਦੇ ਘਰ ਵਿੱਚ ਰਹਿੰਦੇ ਆ, ਠੀਕ ਹੈ, ਤੇ ਜਿੱਦਾਂ ਮੈਂ ਕੰਮ ਨੀ ਕਰਦੀ ਸੀ, ਜਿੱਦਾਂ ਮੇਰੇ ਬੱਚੇ ਛੋਟੇ ਆ ਵੀ ਦੋਨੇ, ਮੈਂ ਸਮਝ ਗਿਆ, ਇੱਥੇ ਰੈਜ਼ੀਡੈਂਟ ਪਰਮਿਟ ਲੈ ਲਿੱਤਾ ਹੈ ਕਿ ਨਹੀਂ ਲਿੱਤਾ? ਪਰਮਿਟ ਮਤਲਬ ਕਿੱਦਾਂ ਜੀ? ਇੱਕ ਰੈਜ਼ੀਡੈਂਟ ਪਰਮਿਟ ਇੱਥੇ ਲੈਣਾ ਪੈਂਦਾ ਹੈ ਗਵਰਨਮੈਂਟ ਨੂੰ ਅਪਲਾਈ ਕਰਕੇ, ਉਹ ਲਿੱਤਾ ਹੈ ਕਿ ਨਹੀਂ ਲਿੱਤਾ ਅਜੇ? ਨਹੀਂ ਉਹ ਨਹੀਂ ਲਿੱਤਾ, ਉਹ ਨਹੀਂ ਲਿੱਤਾ। ਦੂਜੀ ਗੱਲ ਕਿ ਤੁਹਾਡੇ ਹਸਬੈਂਡ ਦੇ ਬੈਂਕ 'ਚ ਕਿਤੇ ਪੈਸੇ ਨੇ? ਉਹ ਬੈਂਕ ਵਿੱਚ ਜਿੱਦਾਂ ਅਸੀਂ ਯੂਰਪ ਵਿੱਚ ਕੰਮ ਕਰਦੇ ਰਹੇ ਸੀਗੇ, ਇੱਦਾਂ ਹੋਊਗਾ 7-8 ਹਜ਼ਾਰ? ਠੀਕ ਹੈ ਜੀ, ਤੁਹਾਡੀ ਕੱਲ੍ਹ ਦਾ ਸ਼ੁਕਰੀਆ। ਪਹਿਲੀ ਗੱਲ ਕਿ ਤੁਸੀਂ ਹਸਬੈਂਡ ਨਾਲ ਸਲਾਹ ਕਰ ਲਿਓ ਅਤੇ ਜਿੰਨੀ ਜਲਦੀ ਹੋ ਸਕੇ ਤੁਸੀਂ ਆਪਣਾ ਰੈਜ਼ੀਡੈਂਟ ਪਰਮਿਟ ਅਪਲਾਈ ਕਰੋ ਯੂਕੇ ਦੇ ਵਿੱਚ ਰਹਿਣ ਦੇ ਵਾਸਤੇ, ਕਿਉਂਕਿ ਉਹ ਅਗਰ ਅਪਲਾਈ ਨਹੀਂ ਕੀਤਾ ਤਾਂ ਤੁਹਾਨੂੰ ਪ੍ਰੋਬਲਮ ਖੜੀ ਹੋ ਜਾਏਗੀ। ਜਦੋਂ ਯੂਕੇ ਯੂਰਪ ਦੇ ਵਿੱਚੋਂ ਨਿਕਲ ਜਾਏਗਾ ਤੁਹਾਨੂੰ ਕਹਿਣਗੇ ਇੱਥੋਂ ਚਲੇ ਜਾਓ, ਲਿਹਾਜ਼ਾ ਜਿੰਨਾ ਜਲਦੀ ਹੋ ਸਕੇ ਤੁਸੀਂ ਰੈਜ਼ੀਡੈਂਟ ਪਰਮਿਟ ਆਪਣਾ ਅਪਲਾਈ ਕਰ ਦਿਓ। ਦੂਜੀ ਗੱਲ ਇਹ ਕਿ ਅਗਰ ਤੁਹਾਡੇ ਕੋਲ ਰੈਜ਼ੀਡੈਂਟ ਪਰਮਿਟ ਹੈ, ਤੁਹਾਡੇ ਹਸਬੈਂਡ ਇੱਥੇ ਰਹਿ ਰਹੇ ਨੇ, ਤੁਸੀਂ ਆਪਣੀ ਮੰਮੀ ਡੈਡੀ ਨੂੰ ਅਗਰ ਬੁਲਾਉਣਾ ਚਾਹੋ ਹਾਲੀਡੇਜ਼ ਦੇ ਵਾਸਤੇ ਤੁਸੀਂ ਬੁਲਾ ਸਕਦੇ ਹੋ, ਕਿਸੇ ਵੀ ਵਕੀਲ ਕੋਲ ਜਾਓ, ਤੁਹਾਨੂੰ ਰਾਹਦਾਰੀ ਬਣਾ ਕੇ ਦੇ ਦੇਗਾ, ਤੁਹਾਨੂੰ ਇੱਕ ਸਪਾਂਸਰਸ਼ਿਪ ਲੈਟਰ ਬਣਾ ਦੇਗਾ, ਉਸ ਦੇ ਨਾਲ ਤੁਸੀਂ ਬੈਂਕ ਸਟੇਟਮੈਂਟ ਵਗੈਰਾ ਲਗਾ ਕੇ ਭੇਜ ਦਿਓ ਅਤੇ ਉਹਨਾਂ ਨੂੰ ਵੀਜ਼ਾ ਲੱਗ ਜਾਣਾ ਚਾਹੀਦਾ। ਕੱਲ੍ਹ ਦਾ ਸ਼ੁਕਰੀਆ। ਵਧੀਆ, ਅਗਲੇ ਕਾਲਰ ਵਾਲ ਜੀ। ਹਾਂਜੀ ਮਲਿਕ ਸਾਹਿਬ, ਅਸਲਾਮ ਵਾਲੇਕੁਮ। ਜੀ ਵਾਲੇਕੁਮ ਸਲਾਮ। ਮਲਿਕ ਸਾਹਿਬ, ਮੈਨੇ ਆਪਸੇ ਇੱਕ ਮਸ਼ਵਰਾ ਲੈਣਾ ਹੈ, ਮੈਂ ਜਰਮਨ ਸੇ ਆਇਆ ਹੂੰ। ਠੀਕ ਹੈ। ਮੇਰੇ ਪਾਸ ਜਰਮਨ ਕਾ ਰੈਜ਼ੀਡੈਂਟ ਕਾਰਡ ਹੈ ਔਰ ਮੇਰੀ ਜੋ ਸ਼ਾਦੀ ਹੈ ਵੋ ਬ੍ਰਿਟਿਸ਼ ਸਿਟੀਜ਼ਨ ਕੇ ਸਾਥ ਜਰਮਨ ਮੇਂ ਹੋਈ ਹੈ 2015 ਮੇਂ। ਠੀਕ ਹੈ। ਤੋ ਮੈਂ ਸਪਟੈਂਬਰ 2016 ਹਮ ਦੋਨੋਂ ਹੀ ਵਹਾਂ ਕੇ ਕਹਾ ਇੰਗਲੈਂਡ ਮੇਂ ਮੂਵ ਹੋ ਗਏ। ਠੀਕ ਹੈ। ਤੋ ਮੇਰਾ ਯੇ ਸਵਾਲ ਹੈ, ਜੈਸੇ ਹਮਨੇ ਇੰਟਰਨੈਟ ਪਰ ਵੀ ਪੜ੍ਹਾ ਹੈ ਔਰ ਸੁਣਾ ਵੀ ਹੈ ਕਿ ਜੋ ਯੂਰਪ ਸੇ ਆਤੇ ਹੈ ਔਰ ਜਿਨ੍ਹਾਂ ਕੋ ਆਏ ਹੋਏ ਜਹਾਂ ਪਰ 5 ਸਾਲ ਹੋ ਚੁੱਕੇ ਹੈ ਬਿਫੋਰ ਬ੍ਰੈਕਜ਼ਿਟ 2019 ਜਾਂ 18 ਸੇ ਪਹਿਲੇ, कि वो जो काम कर रहे हैं उनके पास P60 है वो शो कर सकते नहीं। अभी जब आप यूके में आए थे आपको कितने अरसे का 6 महीने का वीजा मिला था? नहीं, जब मैंने वीजा नहीं लिया था एक्चुअली, मेरे शादी जब हुई थी ना जर्मन में, ठीक, तो उन्होंने मुझे जर्मन का 5 साल का रेजिडेंस। नहीं नहीं, यूके में आप कैसे आए थे? यूके में कैसे आए थे? यूके में मैंने कोई वीजा नहीं लिया था, तो मुझे बताया था कि तुम्हारे पास EEA का वीजा है, तो वो लेकर आप यूके में आए थे? हाँ जी, वो मेरे पास 5 साल का कार्ड था, उसी के नीचे ही हमारा EEA फैमिली मेंबर ऑफ यूनियन सिटीजन रिसर्वर। तो यहाँ से कोई अप्लाई नहीं किया है? अभी मैंने EEA2 के लिए अप्लाई किया हुआ है। अभी वो कब अप्लाई किया था? अभी उसको एक महीना हो गया। तो आपकी मिसेज काम करती हैं?
जी काम करती है वो 18 या 600 से ज्यादा कमाती है। ठीक है, तो अभी आपका सवाल क्या है? सर मेरा सवाल ये है कि ये मेरे पर अफेक्ट करेगा कि मैं यूरोप से अभी आया हूँ, 5 साल से ब्रेक्सिट हो जाएगा। जी आपकी कॉल का शुक्रिया, नहीं आप पे कोई असर नहीं पड़ेगा क्योंकि आपने ऑलरेडी अप्लाई कर दिया। आपकी मिसेज के लिए 18,600 जरूरी नहीं है, सिर्फ वो फुल टाइम काम कर रही हूँ। अगर वो फुल टाइम काम कर रही हैं तो आपने अप्लाई कर दिया है तो अभी आपको यहाँ 5 साल का और स्टे मिल जाएगा। तो आप पे अगर यूके यूरोप से बाहर भी निकल जाता है आप पे कोई असर नहीं पड़ेगा, आपको यहाँ रहने की परमिशन मिल जाएगी। आपने अच्छा किया अप्लाई कर दिया, आप जस्ट वेट करें, आपको रेजिडेंट परमिट 5 साल का मिल जाएगा। कॉल का शुक्रिया, बढ़ते हैं अगले कॉलर वाल। जी जी से कॉल करो। जी जी हेलो। हाँ जी असं पूछना से जितना अस 20 साल का टेस्ट लाया सीगा तो साढ़े फिंगर हो गया, 2 महीने हो गया, तो उस बाद कोई हले जवाब नहीं आया, तो पूछना से कितना टाइम होर लगू फिंगर हो जाने तो बाद। तो तनु 20 साल हो गए ने यूके दे विच? हाँ जी 20 साल हो गया। ठीक है जी, ताड़ी काल दा शुक्रिया। अगर तनु 20 साल होन फिर तनु डेफिनेटली इथे स्टे मिल जाएगा, उससे विच 5-6 महीने लग जाते हैं क्योंकि सब तो पहले तुम्हें एक्नॉलेजमेंट आती है, फिर तेरे फिंगरप्रिंट आते हैं, फिर तुम्हें क्यू दे विच रखते हैं, तकरीबन 6 महीने का उत्थे क्यू है, तो इसका मतलब है 6 से 8 महीने तुम्हें लग जाएंगे केस का फैसला होने वालों, तो तुम्हें 2.5 साल का स्टे दे देंगे। कॉल का शुक्रिया, वधे अगले कॉलर वाल। जी जी तुसी गल करो। जी जी हेलो। जी जी बिल्कुल जी, तुसी आना रहे हो जी, क्या पूछना चाहते हो? मैं ये पूछना चाहती हाँ जिदा वर्क परमिट लई अप्लाई करना ओदे लई कदे पेपरां दी लोड पैंदी है, तो किस दा वर्क करदा ऑनलाइन हो सकदा है जिदा? तो किस दा वर्क परमिट अप्लाई करना चाहते हो? जिदा असी सारी फैमिली इटालियन पर असी वर्क परमिट नहीं कीता अजे अप्लाई। अच्छा ठीक, तुहाडे हस्बैंड काम कर रहे ने? ठीक है जी, ताड़ी काल दा शुक्रिया। नहीं तुहानू वर्क परमिट नहीं, एक रेजिडेंट परमिट है, उसके वास्ते अप्लाई करना पेगा। वह तुसी जितना जल्दी हो सके वो अप्लाई कर दिओ, उसके शर्त है कि तुहाडे जिहड़े हस्बैंड ने वह इत्थे फुल टाइम काम कर रहे हैं। अगर वो काम कर रहे हैं तुसी जितना जल्दी हो सके उसके वास्ते अप्लाई कर सको, खुद भी अप्लाई कर सकते हो, लेकिन अगर खुद ही तुहानू पता चलता है तो किसी वकील के कोल चले जाओ, उन्हें तो थ्रू भी तुसी एप्लीकेशन पा सकते हो, तो तुहानू इत्थे रेजिडेंट परमिट मिल जाएगा 5 साल के वास्ते, फिर तुहानू कोई प्रॉब्लम नहीं होगी। कॉल का शुक्रिया, वधे अगले कॉलर वाल। जी हेलो। हेलो मालक जी। जी मैट्रिक बायोमेट्रिक कार्ड की फीस कितनी है जी? ਇਹ ਜੀ 237 ਪੌਂਡ ਹੈ ਅਤੇ ਐਨ ਟੀ ਐਲ ਜਿਹੜਾ ਫਾਰਮ ਹੈ ਯੂਜ਼ ਕਰਨਾ ਪੈਣਾ ਐਨ ਟੀ ਐਲ, ਇਹ ਤੁਸੀਂ ਐਨ ਟੀ ਐਲ ਇਹ ਤੁਸੀਂ ਗੂਗਲ 'ਤੇ ਜਾਓ, ਉੱਥੇ ਸਰਚ ਕਰੋ ਐਨ ਟੀ ਐਲ ਫਾਰਮ, ਤੁਸੀਂ ਡਾਊਨਲੋਡ ਕਰ ਦਿਓ, ਉਸਦੇ ਨਾਲ 237 ਪੌਂਡ ਫੀ ਅਤੇ ਆਪਣਾ ਪੁਰਾਣਾ ਪਾਸਪੋਰਟ ਉਹਨਾਂ ਨੂੰ ਭੇਜ ਦਿਓ, ਤਾਂ ਉਹ ਤੁਹਾਨੂੰ ਬਾਇਓਮੈਟ੍ਰਿਕ ਕਾਰਡ ਬਣਾ ਕੇ ਦੇ ਦੇਣਗੇ। ਪੋਸਟ ਆਫਿਸ ਅਸੀਂ ਭੇਜ ਸਕਦੇ? ਜੀ ਹਾਂ ਜੀ ਹਾਂ, ਤੁਸੀਂ ਪੋਸਟ ਆਫਿਸ ਭੇਜ ਸਕਦੇ ਹੋ, ਲੇਕਿਨ ਅਗਰ ਤੁਸੀਂ ਅਪਾਇੰਟਮੈਂਟ ਕਰਕੇ ਜਾਣਾ ਚਾਹੋ ਉਸ 'ਤੇ ਤੁਹਾਨੂੰ ਜ਼ਿਆਦਾ ਪੈਸੇ ਚਾਰਜ ਕਰਨਗੇ, ਅਪਾਇੰਟਮੈਂਟ ਹੀ ਹੋਏਗੀ, ਲੇਕਿਨ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਬਾਈ ਮੇਲ ਵੀ ਅਪਲਾਈ ਕਰ ਸਕਦੇ ਹੋ, ਤਾਂ ਕਿਸੇ ਵਕੀਲ ਦੇ ਥਰੂ ਅਪਲਾਈ ਕਰਨਾ ਤਾਂ ਉਹ ਵੀ ਕਰ ਸਕੋਗੇ। ਕੱਲ ਦਾ ਸ਼ੁਕਰੀਆ, ਵਧੇ ਅਗਲੇ ਕਾਲਰ ਵਾਲ। ਜੀ ਜੀ ਤੁਸੀਂ ਗੱਲ ਕਰੋ। ਜੀ ਇਸੇ ਦੇ ਨਾਲ ਹੁਣ ਪ੍ਰੋਗਰਾਮ ਦਾ ਜਿਹੜਾ ਵੇਲਾ ਸੀ ਉਹ ਹੁਣ ਖਤਮ ਹੋ ਰਿਹਾ ਹੈ। ਅਗਰ ਤੁਹਾਡੀ ਕਾਲ ਕਿਸੇ ਵਜ੍ਹਾ ਦੇ ਨਾਲ ਨਾ ਮਿਲ ਸਕੀ ਹੈ ਤਾਂ ਅਗਲੇ ਸੈਟਰਡੇ ਨੂੰ 4:30 ਵਜੇ ਮੈਂ ਇੱਥੇ ਹੀ ਆਵਾਂਗਾ, ਤਾਂ ਮੈਨੂੰ ਹੁਣ ਅਗਲੇ ਵੀਕ ਅਗਲੇ ਸੈਟਰਡੇ ਵਾਸਤੇ ਇਜਾਜ਼ਤ ਦਿਓ। ਰੱਬ ਰਾਖਾ।